ਆਇਆ ਜੀ 1176। ਲੈ ਦੱਸੋ, ਮੈਂ ਵੀ ਭੰਬੜ ਭੂਸੇ ਪਿਆ ਹੋਇਆ ਸੀ ਇਸ ਕੋਠੀ ਨੂੰ ਲੱਭਣ ਵਾਸਤੇ। ਚਲੋ ਫਾਈਨਲੀ ਆਪਾਂ ਨੂੰ ਇਹ ਕੋਠੀ ਲੱਭ ਚੁੱਕੀ ਹੈ ਜੀ। ਵਾਕਈ ਜੀ ਇਹ ਚੰਡੀਗੜ੍ਹ। ਓਏ ਹੋਏ ਹੋਏ ਹੋਏ, ਤੁਸੀਂ ਵੀ ਪਹੁੰਚ ਗਏ ਜੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਹੈਲੋ, ਨਮਸਤੇ, ਆਦਾਬ, ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਜੀ ਤੁਹਾਡਾ ਸਾਰਿਆਂ ਦਾ ਸਾਹਿਲ ਵਿਡੋਲੀਆ, ਅਤੇ ਲੈ ਕੇ ਹਾਜ਼ਰ ਹੈ ਜੀ ਐਸਾ ਖਾਸ ਸ਼ੋਅ, ਇੱਕੋ ਇੱਕ ਸ਼ੋਅ ਜਿਸ ਦੇ ਵਿੱਚ ਨਾ ਤੁਸੀਂ ਸਿਰਫ ਲਜ਼ੀਜ਼ ਖਾਣਾ ਬਣਾਉਣਾ ਸਿੱਖਦੇ ਹੋ, ਬਲਕਿ ਇਸ ਨੂੰ ਪਰੋਸਣ ਦੀ ਕਲਾ ਵੀ ਸਿੱਖਦੇ ਹੋ। ਇਹ ਬਣ ਚੁੱਕਾ ਜੀ ਤੁਹਾਡਾ ਸਾਰਿਆਂ ਦਾ ਫੇਵਰੇਟ ਸ਼ੋਅ। ਨਾਮ ਹੈ ਜਿਸਦਾ PTC ਪੰਜਾਬੀ ਪ੍ਰੈਜ਼ੈਂਟ, ਪੰਜਾਬ ਦੇ ਸੁਪਰ ਸ਼ੈਫ, ਅਤੇ ਸਾਡੇ ਸ਼ੋਅ ਦੇ ਪਾਰਟਨਰ ਨੇ ਕੁਕਿੰਗ ਪਾਰਟਨਰ ਗਗਨ ਕੁਕਿੰਗ ਓਇਲ। ਜਹਾਂ ਗਗਨ ਵਹਾਂ ਜਸ਼ਨ, ਜਹਾਂ ਜਸ਼ਨ ਵਹਾਂ ਗਗਨ। ਡਿਸ਼ ਵਾਸ਼ਿੰਗ ਪਾਊਡਰ ਵਿਮ ਲਿਕੁਇਡ ਜੈਲ, ਸਿਰਫ ਇੱਕ ਚਮਚ ਖੋਲੋ ਔਰ ਇੱਕ ਟਾਈਮ ਕੇ ਸਾਰੇ ਬਰਤਨ ਧੋ ਲੋ। ਡੈਜ਼ਰਟ ਪਾਊਡਰ ਨੇ ਸ਼ੂਗਰ ਫ੍ਰੀ ਨੈਚੁਰਲ, ਮਿੱਠਾ ਵੀ, ਡਾਇਟ ਵੀ। ਹੈਲਥ ਪਾਊਡਰ ਨੇ ਐਕਵਾਗਾਰਡ, ਪਾਣੀ ਕਾ ਡਾਕਟਰ। ਸਪਾਈਸ ਪਾਊਡਰ ਨੇ ਮਹਿਕ ਮਸਾਲੇ, ਸੁਗੰਧ ਔਰ ਸਵਾਦ ਵਾਲੇ ਮਸਾਲੇ, ਮਹਿਕ ਮਸਾਲੇ। ਸਨੈਕਸ ਪਾਊਡਰ ਨੇ ਮੈਕੇਨ ਫੂਡ ਸਮਾਈਲੀ, ਟੇਸਟ ਕਾ ਨਯਾ ਮੈਜਿਕ। ਦੋਸਤੋ, ਹੁਣ ਆਪਾਂ ਫਾਈਨਲੀ ਪਹੁੰਚ ਚੁੱਕੇ ਹਾਂ ਜੀ ਮਿਸਿਸ ਮਿੱਤਲ ਜੀ ਦੇ ਘਰ। ਹੁਣ ਆਪਾਂ ਜ਼ਿਆਦਾ ਕਹਾਣੀਆਂ ਨਹੀਂ ਸੁਣਾਵਾਂਗੇ ਤੁਹਾਨੂੰ, ਹੁਣ ਆਪਾਂ ਚੱਲਦੇ ਹਾਂ ਅੰਦਰ, ਕਰਦੇ ਹਾਂ ਜੀ ਉਹਨਾਂ ਨਾਲ ਮੁਲਾਕਾਤ, ਅਤੇ ਦੇਖਦੇ ਹਾਂ ਇਹਨਾਂ ਦੇ ਫੈਮਿਲੀ ਮੈਂਬਰ ਕਿਹੜੇ ਕਿਹੜੇ ਨੇ। ਆ ਜਾਓ। ਮੇਰਾ ਨਾਮ ਸੋਨੀਆ ਮਿੱਤਲ ਹੈ, ਅਤੇ ਅਸੀਂ ਚੰਡੀਗੜ੍ਹ 'ਚ ਰਹਿੰਦੇ ਹਾਂ। ਖਾਣਾ ਬਣਾਉਣ ਦਾ ਸ਼ੌਂਕ ਮੈਨੂੰ 10ਵੀਂ ਤੋਂ ਬਾਅਦ ਹੋਇਆ। ਥੋੜ੍ਹਾ ਥੋੜ੍ਹਾ ਟਰਾਈ ਕਰਦੇ ਰਹਿੰਦੇ ਸੀ ਨਵੀਂ ਨਵੀਂ ਡਿਸ਼ਿਜ਼। ਪਾਪਾ ਨੂੰ ਸ਼ੌਂਕ ਸੀ ਤਾਂ ਇਸ ਲਈ ਅਲੱਗ ਅਲੱਗ ਡਿਸ਼ਿਜ਼ ਟਰਾਈ ਕਰਨ ਦਾ ਮੌਕਾ ਮਿਲਦਾ ਰਿਹਾ। ਉਸ ਤੋਂ ਬਾਅਦ ਮੈਰਿਜ ਹੋ ਗਈ, ਮੈਰਿਜ ਤੋਂ ਬਾਅਦ ਹਸਬੈਂਡ ਨੇ ਕਾਫੀ ਸਪੋਰਟ ਕੀਤਾ, ਮਦਰ ਲਾ ਨੇ ਕਾਫੀ ਸਪੋਰਟ ਕੀਤਾ। ਅਲੱਗ ਅਲੱਗ ਡਿਸ਼ਿਜ਼ ਦਾ ਸ਼ੌਂਕ ਸੀ, ਉਹ ਕਹਿੰਦੇ ਬਣਾ ਕੇ ਖਿਲਾਓ, ਤਾਂ ਪੰਜਾਬੀ ਡਿਸ਼ਿਜ਼ ਬਣਾਉਂਦੇ ਰਹਿੰਦੇ ਸੀ। ਇੱਕ ਬੇਟਾ ਹੈ ਮੇਰਾ, ਅਤੇ ਬੇਟੇ ਦਾ ਸਕੂਲ ਦਾ ਟਾਈਮ ਹੋਇਆ ਜਾਣ ਦਾ, ਉਦੋਂ ਉਹਨੂੰ ਟਿਫਨ 'ਚ ਅਲੱਗ ਅਲੱਗ ਡਿਸ਼ਿਜ਼ ਬਣਾਉਣ ਦਾ ਮੌਕਾ ਮਿਲਿਆ। ਮੈਂ PTC ਪੰਜਾਬੀ ਚੈਨਲ ਦੀ ਸ਼ੁਕਰਗੁਜ਼ਾਰ ਹਾਂ ਜਿਹਨੇ ਮੈਨੂੰ ਪੰਜਾਬ ਦੀ ਸੁਪਰ ਸ਼ੈਫ ਵਿੱਚ ਆਉਣ ਦਾ ਮੌਕਾ ਮਿਲਿਆ, ਅਤੇ ਹਰਪਾਲ ਜੀ ਨਾਲ ਆਪਣੀ ਫੇਵਰੇਟ ਡਿਸ਼ਿਜ਼ ਬਣਾਉਣ ਦਾ ਮੌਕਾ ਮਿਲਿਆ। ਓ ਭਾਈ, ਓ ਬੱਲੇ, ਗ੍ਰੇਟ ਸਾਹਿਲ ਜੀ, ਸਾਹਿਲ ਜੀ ਬੜੀ ਵੱਡੀ ਫੈਮਿਲੀ ਹੈ, ਮਤਲਬ ਹੁਣ ਮੈਨੂੰ ਹੱਥ ਮਿਲਾ ਲਈ ਕਿ ਥੱਲੇ ਰੱਖਣਾ ਪੈਣਾ। ਓ ਵੈਰੀ। ਹੈਲੋ ਜੀ, ਕੀ ਹਾਲ ਚਾਲ? ਕੀ ਹਾਲ ਚਾਲ ਜੀ? ਬਹੁਤ ਵਧੀਆ। ਹੈਲੋ ਜੀ, ਕੈਸੇ ਹੋ ਜੀ? ਠੀਕ ਠਾਕ, ਫਸਟ ਕਲਾਸ। ਹੈਲੋ ਬੇਬੀ, ਹਾਊ ਆਰ ਯੂ? ਠੀਕ ਠਾਕ। ਨਮਸਕਾਰ ਜੀ, ਨਮਸਕਾਰ, ਨਮਸਕਾਰ। 1 2 3 ਬੈਠੋ ਬੈਠੋ। ਹੁਣ ਕਨਫਿਊਜ਼ਨ ਮੈਨੂੰ ਇਹ ਹੋ ਰਹੀ ਹੈ ਕਿ ਇੱਥੇ ਸੋਨੀਆ ਮਿੱਤਲ ਜੀ ਕੌਣ ਨੇ? 1 2 3 ਬੇਬੀ ਬਸ ਆ ਕੇ ਬੈਠ ਜਾ। ਇੱਥੇ ਸੋਨੀਆ ਮਿੱਤਲ ਜੀ ਕੌਣ ਨੇ? ਇਹ ਨੇ ਤੁਹਾਡੇ ਕੀ ਲੱਗਦੇ ਨੇ? ਕੀ ਤਾਈ ਜੀ? ਤਾਈ ਜੀ, ਓ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਵੈਰੀ ਗੁੱਡ। ਫੋਨ ਉੱਤੇ ਬਹਿ ਜਾਓ ਜਾ ਕੇ। ਗ੍ਰੇਟ। ਸੋ ਸੋਨੀਆ ਮਿੱਤਲ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਹੁਣ ਤੁਸੀਂ ਮੈਨੂੰ ਇੱਕ ਇੱਕ ਕਰਕੇ ਇੰਟਰੋਡਕਸ਼ਨ ਦਿਓ ਜੀ, ਕੌਣ ਕੌਣ ਨੇ ਇਹ? ਮੇਰੇ ਹਸਬੈਂਡ ਨਰਿੰਦਰ ਮਿੱਤਲ ਜੀ। ਅੱਛਾ ਜੀ। ਬੇਟਾ ਹੈ ਮਾਧਵ ਮਿੱਤਲ। ਓਕੇ। ਔਰ ਦੀਦੀ ਹੈ ਅੰਜੂ ਦੀ। ਅੱਛਾ। ਅੰਜੂ ਦੀ ਦੀਦੀ ਮਤਲਬ ਇਹਨਾਂ ਦੇ ਬੂਆ ਜੀ? ਹਾਂਜੀ ਹਾਂ, ਬੂਆ। ਠੀਕ ਹੈ, ਰਾਈਟ, ਠੀਕ ਹੈ ਜੀ। ਮਾਧਵ ਦੇ ਬੂਆ ਜੀ? ਹਾਂਜੀ ਹਾਂ, ਠੀਕ ਹੈ ਜੀ। ਹੁਣ ਆਪਾਂ ਨਰਿੰਦਰ ਆ ਜੀ, ਇਹ ਬੇਟੀਆਂ। ਅੱਛਾ, ਉਹਨਾਂ ਦੇ ਬੇਟੇ ਉਹਨੇ ਕੀ ਬਤਾਇਆ ਨਾ, ਉਹਨਕੇ ਹਸਬੈਂਡ ਨਲਿਤ ਜੀ, ਉਹਨਕੀ ਬੇਟੀਆਂ। ਠੀਕ ਹੈ ਜੀ, ਇਹ ਹੋ ਗਿਆ ਇੱਕ ਪਰਿਵਾਰ। ਉਸ ਤੋਂ ਬਾਅਦ ਜੀ ਭਈਆ, ਬੜੇ ਭਈਆ, ਬੜੇ ਭਈਆ। ਓਕੇ ਜੀ, ਜੇਠ ਤੁਹਾਡੇ? ਹਾਂਜੀ ਜੇਠ। ਹਾਂਜੀ, ਠੀਕ ਹੈ ਜੀ। ਤੇ ਇਹ ਭਾਬੀ, ਇਹ ਬੇਟੀਆਂ, ਇਹ ਇਹਨਾਂ ਦੀ ਬੇਟੀ, ਇਹ ਮੇਰੀ ਦੇਵਰ ਕੀ ਬੇਟੀ। ਅੱਛਾ, ਤੁਹਾਡੇ ਦੇਵਰ ਦੀ? ਹਾਂਜੀ। ਤੇ ਇਹ ਇਹਨਾਂ ਦੇ ਵਾਈਫ? ਹਾਂਜੀ, ਰਾਈਟ। ਤੇ ਮੇਰੇ ਪਾਪਾ? ਉਹ ਪਾਪਾ ਨੇ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਆਪਾਂ ਹੁਣ ਵੇਟ ਕਰ ਰਹੇ ਹਾਂ ਸਾਡੇ ਜੋ ਸ਼ੈਫ ਨੇ ਹਰਪਾਲ ਜੀ ਦਾ, ਕਿਉਂਕਿ ਉਹ ਆਣਗੇ, ਮੇਰੇ ਪਿੱਛੇ ਪਿੱਛੇ ਸੀਗੇ ਆਉਣ ਵਾਲੇ। ਇਹਨੇ ਜੀ ਸਾਡੇ ਸ਼ੋਅ ਦੇ ਕੰਟੈਸਟੈਂਟ ਮਿਸਿਸ ਸੋਨੀਆ ਮਿੱਤਲ ਜੀ। ਹੈਲੋ ਸੋਨੀਆ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੇ ਜੀ ਸੋਨੀਆ ਜੀ ਦੇ ਹਸਬੈਂਡ। ਹੈਲੋ ਜੀ। ਇਹਨੇ ਸੋਨੀਆ ਜੀ ਦੇ। ਹੈਲੋ, ਹੈਲੋ ਬੇਟਾ, ਪੂਰਾ ਪਰਿਵਾਰ। ਸੋ ਸ਼ੈਫਰਬਾਲ ਜੀ, ਹਾਂਜੀ, ਤੁਹਾਡੇ ਕੰਟੈਸਟੈਂਟ। ਸੋਨੀਆ ਜੀ, ਇਹ ਦੱਸੋ, ਤੁਹਾਡੀ ਰੈਸਿਪੀਜ਼ ਤੇ ਬਹੁਤ ਐਕਸਾਈਟਿੰਗ ਸੀ, ਇਸੇ ਕਰਕੇ ਤੁਸੀਂ ਪੰਜਾਬ ਦੇ ਸੁਪਰ ਸ਼ੈਫ ਵਿੱਚ ਚੁਣੇ ਗਏ ਹੋ। ਔਰ
ਐਕਸਾਈਟਮੈਂਟ ਦਾ ਮਤਲਬ ਇਹ ਹੁੰਦਾ ਕਿ ਰੈਸਿਪੀ ਕਦੀ ਕਦੀ ਸਿੰਪਲ ਹੁੰਦੀ ਬਟ ਉਹਦੇ 'ਚ ਨਾ ਕੁਛ ਕੁਛ ਇਨਗਰੀਡੀਐਂਟਸ ਯੂਜ਼ ਕਰਦੇ ਨੇ ਉਹ ਬਿਲਕੁਲ ਬਦਲੀ ਕਰ ਦਿੰਦੇ ਆ ਅਤੇ ਜਿਸ ਤਰ੍ਹਾਂ ਪਾਨ ਜਿਸ ਤਰ੍ਹਾਂ ਤੁਸੀਂ ਯੂਜ਼ ਕੀਤਾ ਇਹ ਕਿਸ ਤਰ੍ਹਾਂ ਆਇਆ ਦਿਮਾਗ 'ਚ ਬਸ ਥੋੜ੍ਹਾ ਚੇਂਜ ਕਰਨ ਕੇ ਲਈ ਅੱਛਾ ਚੇਂਜ ਕਰਨ ਵਾਸਤੇ ਤੁਸੀਂ ਬਾਸਕਟ ਲੈ ਲੋ ਜੀ ਇਹ ਬੜਾ ਇੰਪੋਰਟੈਂਟ ਹੈ ਜੀ ਇਹਦੇ ਬਗੈਰ ਕੰਮ ਨਹੀਂ ਚੱਲਣਾ ਆਓ ਜੀ ਲਓ ਜੀ ਫਿਰ ਸ਼ੈਫ ਹਰਪਾਲ ਜੀ ਅਤੇ ਸੋਨੀਆ ਜੀ ਅੰਦਰ ਕਿਚਨ ਦੇ ਵਿੱਚ ਚਲੇ ਗਏ ਨੇ ਹੁਣ ਦੇਖਣਾ ਇਹ ਹੈ ਕਿ ਇਹ ਡਿਸ਼ਿਸ ਕਿਸ ਤਰ੍ਹਾਂ ਬਣਦੀਆਂ ਨੇ ਅਤੇ ਤੁਸੀਂ ਵੀ ਐਕਸਾਈਟਿਡ ਹੋ ਕਾਹਦੇ ਵਾਸਤੇ ਇਸ ਵਾਸਤੇ ਇਸਦੀ ਰੈਸਿਪੀ ਜਾਣਨ ਵਾਸਤੇ ਕਿ ਡਿਸ਼ਿਸ ਕਿਸ ਤਰ੍ਹਾਂ ਬਣਨਗੀਆਂ ਤੁਸੀਂ ਨਾ ਪੈੱਨ ਲੈ ਲਓ ਪੈਨਸਲਾਂ ਲੈ ਲਓ ਕਾਪੀਆਂ ਲੈ ਲਓ ਕਿਉਂਕਿ ਰੈਸਿਪੀ ਵੀ ਤਾਂ ਲਿਖਣੀ ਹੈ ਤੁਸੀਂ ਕਿ ਕਿਸ ਤਰ੍ਹਾਂ ਬਣਦੀ ਹੈ ਡਿਸ਼ ਠੀਕ ਹੈ ਜੀ ਸੋਨੀਆ ਜੀ ਦੀ ਪਹਿਲੀ ਰੈਸਿਪੀ ਪਾਨ ਏ ਪਨੀਰ ਬਈ ਮਜ਼ੇਦਾਰ ਨਾਮ ਤਾਂ ਬਹੁਤ ਹੀ ਵਧੀਆ ਦੇਖਦੇ ਹਾਂ ਕਿਸ ਤਰ੍ਹਾਂ ਬਣਦੀ ਔਰ ਇਨਗਰੀਡੀਐਂਟਸ ਕਿਹੜੇ ਕਿਹੜੇ ਚਾਹੀਦੇ ਉਹ ਤੁਹਾਨੂੰ ਦੱਸਦੇ ਹਾਂਜੀ ਸੋਨੀਆ ਜੀ ਚਲੋ ਜੀ ਦੱਸੋ ਕੀ ਚਾਹੀਦਾ ਇਹ ਖੜੇ ਮਸਾਲੇ ਹੈਗੇ ਹਨ ਧਨੀਆ ਖੜੇ ਮਸਾਲੇ ਸਾਰੇ ਇਲਾਇਚੀ ਹਾਂਜੀ ਪਾਨ ਦਾ ਪੱਤਾ ਅੱਛਾ ਪਾਨ ਦੇ ਪੱਤੇ ਵੀ ਪਾਓਗੇ ਤੁਸੀਂ ਸਿਰਫ ਪਰੋਸਣ ਵਾਸਤੇ ਨਹੀਂ ਇਸ ਤਰ੍ਹਾਂ ਅੱਛਾ ਵਿੱਚ ਪਏਗਾ ਹਾਂਜੀ ਤਾਂ ਹੀ ਇਹਦਾ ਨਾਮ ਪਾਨੀ ਪਨੀਰ ਅੱਛਾ ਇਹਦੇ ਨਾਲ ਨਾਲ ਆ ਕੀ ਹੈ ਟੋਮੈਟੋ ਪਿਊਰੀ ਇਹ ਦੇਗੀ ਮਿਰਚ ਚਿੱਲੀ ਦੇਗੀ ਮਿਰਚ ਠੀਕ ਹੈ ਗਾਰਲਿਕ ਲਸਣ ਆ ਕੀ ਹੈ ਇਹ ਦਾਲਚੀਨੀ ਪਾਊਡਰ ਹਾਂਜੀ ਅੱਛਾ ਜੀ ਵਾਹ ਫ੍ਰੈਗਰੈਂਸ ਇੱਕ ਪਾਨ ਦਾ ਫਲੇਵਰ ਇੱਕ ਦਾਲਚੀਨੀ ਦਾ ਫਲੇਵਰ ਦੋਵੇਂ ਸੂਦਿੰਗ ਇੱਕਦਮ ਇਹ ਧਨੀਆ ਚੌਪ ਕੀਤਾ ਹੋਇਆ ਨਮਕ ਨੂਨ ਹੋ ਗਿਆ ਅਦਕਰ ਠੀਕ ਹੈ ਜੀ ਪਿਆਜ਼ ਲਓ ਜੀ ਇਹ ਇਸ ਤਰ੍ਹਾਂ ਪਨੀਰ ਜਿਹੜਾ ਕੱਟਿਆ ਹੈ ਇਹ ਬਿਲਕੁਲ ਬ੍ਰੈਡ ਲੋਫ ਵਾਂਗੂ ਕੱਟਿਆ ਹੈ ਅਤੇ ਬਹੁਤ ਮੋਟਾ ਨਹੀਂ ਹੈ ਪਤਲਾ ਹੈ ਇਹਦੇ ਵਿੱਚ ਸੈਂਡਵਿਚ ਕਰਕੇ ਮਸਾਲੇ ਲਾਉਣਾ ਤੁਸੀਂ ਹਾਂਜੀ ਵਿੱਚ ਕਿਆ ਹੈ ਲਓ ਜੀ ਚੀਜ਼ਾਂ ਤਿਆਰ ਗੈਸ ਤਿਆਰ ਮੈਡਮ ਤੁਸੀਂ ਤਿਆਰ ਹੋ ਬਣਾਉਣ ਵਾਸਤੇ ਚਲੋ ਜੀ ਸ਼ੁਰੂ ਕਰੀਏ ਲਓ ਜੀ ਇਸਮੇ ਗਗਨ ਕਾ ਆਇਲ ਡਾਲेंगे ਹਾਂਜੀ ਲਓ ਜੀ ਗਗਨ ਆਇਲ ਇਹ ਪਾ ਦੋ ਤੁਸੀਂ ਗਗਨ ਕਾ ਇਹ ਲੋ ਡੈਂਸਿਟੀ ਆਇਲ ਹੈ ਹਾਂ ਇਹ ਸਿਹਤ ਕੇ ਲਈ ਅੱਛਾ ਹੈ ਅੱਛਾ ਮੈਂ ਘਰ ਮੇ ਵੀ ਯੂਜ਼ ਕਰਦਾ ਹਾਂ ਅੱਛਾ ਘਰ ਮੇ ਵੀ ਯੂਜ਼ ਕਰਦੇ ਚਲੋ ਜੀ ਬੜੀਆ ਆਪ ਕੀ ਕਰਨਾ ਹੈ ਗਰਮ ਹੋਣੇ ਤੱਕ ਖੜੇ ਮਸਾਲੇ ਇਹ ਚਾਹੀਏ ਇਹ ਮੈਂ ਆਪਕੋ ਪਲੇਟ ਦੇ ਦਿੰਦਾ ਹਾਂ ਇਹਦੇ ਵਿੱਚ ਅਸੀਂ ਹੁਣ ਜੀਰਾ ਭੁੰਨਾਂਗੇ ਸਭ ਤੋਂ ਪਹਿਲਾਂ ਅੱਛਾ ਸਭ ਤੋਂ ਪਹਿਲਾਂ ਜੀਰਾ ਭੁੰਨੋਗੇ ਅਜੀ ਵਿੱਚ ਧਨੀਆ ਧਨੀਆ ਪਾਓਗੇ ਜੀ ਜੀਰਾ ਧਨੀਆ ਲਓ ਜੀ ਬੜੀ ਇਲਾਇਚੀ ਲਓ ਜੀ ਪਾ ਦਿਓ ਇਹ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਤੁਸੀਂ ਕਰ ਰਹੇ ਹੋ ਨਾ ਇਹ ਬੜੀ ਇੰਪੋਰਟੈਂਟ ਹੈ ਇਹ ਜਿਹੜੀ ਵੱਡੀ ਇਲਾਇਚੀ ਹੈ ਨਾ ਜੇ ਤੁਸੀਂ ਇਸ ਤਰ੍ਹਾਂ ਹੀ ਪਾ ਦੋਗੇ ਤੇ ਇੰਨੀ ਜ਼ੋਰ ਨਾਲ ਫਟੇਗੀ ਕਿ ਐਕਸੀਡੈਂਟ ਹੋਣ ਦਾ ਡਰ ਰਹਿੰਦਾ ਇਹਦੇ ਚ ਤੇਜ਼ ਪੱਤਾ ਪਾ ਦਿਓ ਵਾਹ ਲੌਂਗ ਹਾਂਜੀ ਆ ਲਓ ਜੀ ਅਦਰਕ ਆ ਲਓ ਜੀ ਲਸਣ ਹਾਂਜੀ ਥੋੜ੍ਹਾ ਜਿਹਾ ਲਸਣ ਪਾ ਦਾਂਗੇ ਹਾਂਜੀ ਹੁਣ ਥੋੜ੍ਹਾ ਪਿਆਜ਼ ਲਓ ਜੀ ਥੋੜਾ ਗੋਲਡਨ ਬਰਾਊਨ ਹੋ ਜੇ ਹਾਂ ਉਹ ਤੱਕ ਅਸੀਂ ਇਹਨੂੰ ਭੁੰਨਾਂਗੇ ਅੱਛਾ ਇਹ ਬੜੀ ਇੰਪੋਰਟੈਂਟ ਚੀਜ਼ ਹੈ ਜਦੋਂ ਤੁਸੀਂ ਇਹ ਕੰਮ ਕਰਦੇ ਹੋ ਨਾ ਤੇ ਨਾਲ ਜਿਹੜੇ ਖੜੇ ਮਸਾਲੇ ਯੂਜ਼ ਕਰਦੇ ਹੋ ਤੇ ਪਿਆਜ਼ ਨੂੰ ਕੰਟੀਨਿਊਸਲੀ ਚਲਾਉਣਾ ਪੈਂਦਾ ਹੈ ਹਾਂਜੀ ਥੋੜਾ ਵਿੱਚ ਲੱਗੇ ਨਾ ਦੇਖੋ ਬਰਾਊਨ ਨਹੀਂ ਕਾਲੇ ਹੁੰਦੇ ਜਾ ਰਹੇ ਆਸਤੇ ਆਸਤੇ ਤੁਹਾਡੇ ਜਿਹੜੇ ਖੜੇ ਮਸਾਲੇ ਨਾ ਹਾਂ ਇਸ ਕਰਕੇ ਧਿਆਨ ਰੱਖਣਾ ਪੈਂਦਾ ਹੈ ਤੇ ਚਲਾਉਣਾ ਪੈਂਦਾ ਹੈ ਕੰਟੀਨਿਊਸਲੀ ਤਾਂ ਗੈਸ ਤੁਸੀਂ ਆਹਿਸਤਾ ਕਰ ਲਓ ਜੇ ਮਸਾਲਾ ਉੱਡਦਾ ਹੈ ਤੇ ਲੇਕਿਨ ਉਹ ਬਿਲਕੁਲ ਧਿਆਨ ਰੱਖਣਾ ਪੈਂਦਾ ਵਰਨਾ ਜਿਹੜਾ ਮੈਰੀਨੇਟ ਆ ਉਹ ਖਰਾਬ ਹੋ ਜਾਏਗਾ ਤੁਹਾਡਾ ਬੜੀ ਇੰਪੋਰਟੈਂਟ ਚੀਜ਼ ਹੈ ਲਓ ਜੀ ਬਰਾਊਨ ਹੋ ਗਿਆ ਹੁਣ ਅਬ ਇਸਕੋ ਪੀਸਿੰਗੇ ਅੱਛਾ ਮਿਕਸਿੰਗ ਖਲੀ ਪਿਆਜ਼ ਨੂੰ ਪੀਸਣਾ ਪਿਆਜ਼ ਨਾਲ ਟੋਮੈਟੋ ਪਿਊਰੀ ਪਾਉਣਾ ਹਾਂਜੀ ਇਹਦੇ ਨਾਲ ਹੀ ਥੋੜੀ ਜੀ ਹਰੀ ਮਿਰਚ ਅੱਛਾ ਹਰੀ ਮਿਰਚ ਵੀ ਪਾਉਣੀ ਹੈ ਠੀਕ ਹੈ ਜ਼ਿਆਦਾ ਹਰੀ ਮਿਰਚ ਨਹੀਂ ਰੱਖਣੀ ਅੱਛਾ ਤੇਜ਼ ਨਾ ਹੋ ਜਾਏ ਉਹ ਤੇ ਹਿਸਾਬ ਨਾਲ ਲੋਕੀ ਜਿਹੜੇ ਘਰ ਦੇਖ ਰਹੇ ਨੇ ਉਹ ਹਿਸਾਬ ਨਾਲ ਕਰ ਸਕਦੇ ਆਪਣੇ ਸਵਾਦ ਅਨੁਸਾਰ ਹਾਂ ਲਓ ਜੀ ਹਰੀ ਮਿਰਚਾਂ ਨਹੀਂ ਬਹੁਤੇ ਕੁਝ ਦੇਗੀ ਮਿਰਚ ਵੀ ਪਾਣੀ ਹੈ ਨਾ ਸਿਸ ਅੱਛਾ ਦੇਗੀ ਮਿਰਚ ਵੀ ਪਾਣੀ ਠੀਕ ਹੈ ਹੋਰ ਕੁਝ ਪਾਉਣਾ ਇਹਦੇ ਚ ਬਸ ਜੀ ਪਾਨ ਅੱਛਾ ਪਾਨ ਪਾਉਣਾ ਪਾ ਦੋ ਹਾਂਜੀ ਹਾਂਜੀ ਹਾਂ ਲੋ ਪਾਨ ਗ੍ਰਾਈਂਡ ਤਾਂ ਵੀ ਪਾ ਸਕਦੇ ਆ ਅੱਛਾ ਪੱਤੇ ਪਾ ਵਿੱਚ ਮਿਕਸ ਹੋ ਜਾਣੇ ਜਦੋਂ ਪਿਊਰੀ ਪਾਉਂਦੇ ਹਾਂ ਮਿਕਸ ਵਿੱਚ ਲਓ ਜੀ ਹੁਣ ਮੈਡਮ ਇਹਦੇ ਚ ਕੀ ਪਾਉਣਾ ਹੁਣ ਇਹਦੇ ਚ ਟੋਮੈਟੋ ਪਿਊਰੀ ਤੇ ਦੇਗੀ ਮਿਰਚ ਪਾਵਾਂਗੇ ਹਰੀ ਮਿਰਚ ਵੀ ਦੇ ਦੇਣਾ ਮੈਂ ਤੁਹਾਨੂੰ ਟੋਮੈਟੋ ਦੋ ਟਮਾਟਰ ਦੇ ਟਾਈਮ ਮਸਾਲਾ ਜਿੰਨਾ ਹੁੰਦਾ ਨਾ ਅੱਛਾ ਠੀਕ ਹੈ ਲਓ ਜੀ ਤੁਸੀਂ
ਤੁਹਾਨੂੰ ਇਹਦੇ ਚ ਕੱਢ ਕੇ ਦੇ ਦੇਣਾ ਲਓ ਲਾਈਟਰ ਲਾਈਟਰ ਵੀ ਦੇ ਦੇਣਾ ਔਨ ਕਰ ਦਈਏ ਹਾਂਜੀ ਲਓ ਥੋੜਾ ਜਿਹਾ ਇਸਨੂੰ ਅਸੀਂ ਦਾਲਚੀਨੀ ਪਾਵਾਂਗੇ ਲਓ ਜੀ ਨਮਕ ਵੀ ਆ ਗਿਆ ਨੂਨ ਆ ਗਿਆ ਦਾਲਚੀਨੀ ਦਾ ਫਲੇਵਰ ਪਾਨ ਦਾ ਫਲੇਵਰ ਵੀ ਹੈਗਾ ਨਾਲ ਨਾਲ ਦਾਲਚੀਨੀ ਦਾ ਫਲੇਵਰ ਲਓ ਜੀ ਪਨੀਰ ਦੇ ਵਿੱਚ ਆਪਣਾ ਟੇਸਟ ਕੋਈ ਨਹੀਂ ਹੁੰਦਾ ਥੋੜਾ ਜ਼ਿਆਦਾ ਪਾ ਸਕਦੇ ਹਾਂ ਇਸ ਕਰਕੇ ਮਜ਼ੇਦਾਰ ਹਾਂ ਕਰਾਰਾ ਮਸਾਲਾ ਬਣ ਗਿਆ ਜੀ ਇਹ ਲਓ ਜੀ ਆਂਚ ਤੇ ਕੁੱਲਣੀਆਂ ਨੂੰ ਥੋੜਾ 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 ਘੀ ਛੱਡ ਦੇਗਾ ਉਦੋਂ ਸਾਡਾ ਮਸਾਲਾ ਤਿਆਰ ਹੋ ਜਾਏਗਾ ਜਿਸ ਤਰ੍ਹਾਂ ਤੇਲ ਛੱਡੇਗਾ ਇਹ ਬਿਲਕੁਲ ਮਸਾਲਾ ਮਤਲਬ ਤਿਆਰ ਹੈ ਜੀ ਇੱਕਦਮ ਅੱਧਾ ਅਸੀਂ ਪਹਿਲਾਂ ਹੀ ਭੁੰਨਿਆ ਹੋਇਆ ਠੀਕ ਹੈ ਬਿਲਕੁਲ ਬਸ ਥੋੜਾ ਟਮਾਟੋ ਪੀਰੀ ਨਾਲ ਪਾਣ ਦੇ ਪੱਤੇ ਨਾਲ ਨਾ ਹਾਂਜੀ ਫਲੇਵਰ ਆ ਜਾਏਗਾ ਉਹਦਾ ਠੀਕ ਹੈ ਹੋ ਗਿਆ ਜੀ ਤਿਆਰ ਹਾਂਜੀ ਹਾਂਜੀ ਤਿਆਰ ਹੋ ਗਿਆ ਸਾਰੇ ਬੰਦ ਕਰ ਲਈਏ ਹਾਂਜੀ ਲਓ ਜੀ ਹੁਣ ਇਹਨੂੰ ਪਨੀਰ 'ਚ ਸਟਫਿੰਗ ਕਰਨਾ ਹੈ ਸਟਫਿੰਗ ਕਰਨਾ ਹੈ ਹਾਂਜੀ ਪਨੀਰ ਦੇ ਟੁਕੜੇ ਅਸੀਂ ਪਹਿਲਾਂ ਹੀ ਕੱਟ ਕੇ ਰੱਖੇ ਹੋਏ ਹਨ ਫਲੈਟ ਟੁਕੜੇ ਕੱਟਾਂਗੇ ਠੀਕ ਹੈ ਉਹ ਆਪਨੇ ਬਤਾਇਆ ਹੀ ਤਾਂ ਹਾਂ ਲਓ ਜੀ ਆ ਲਓ ਜੀ ਚਮਚ ਨਾਲ ਕਰੋ ਜੀ ਆਸਾਨ ਹੋਊਗਾ ਹਾਂਜੀ ਹਾਂਜੀ ਮੈਂ ਥੋੜਾ ਹਿਲਾ ਰਹੀ ਸੀ ਲਓ ਆ ਲਓ ਜੀ ਹਾਂ ਅਰੇ ਵਾਹ ਇਸ ਦੇ ਉੱਪਰ ਇੱਕ ਔਰ ਪਨੀਰ ਲਗਾਉਣਾ ਹੈ ਇਹਦੇ ਉੱਤੇ ਹੋਰ ਇੱਕ ਪਨੀਰ ਐਜ਼ ਅ ਸੈਂਡਵਿਚ ਬਣ ਗਿਆ ਲਓ ਜੀ ਵਧੀਆ ਸੈਂਡਵਿਚ ਬਣ ਗਿਆ ਜੀ ਇਹ ਨਵਾਂ ਤਰੀਕਾ ਬਿਲਕੁਲ ਇਹ ਰੱਖਤਾ ਜੀ ਮੈਂ ਉੱਪਰ ਹੋਰ ਇੱਕ ਠੀਕ ਹੈ ਇਹਨੂੰ ਅਸੀਂ ਬਚੇ ਮਸਾਲੇ ਨੂੰ ਇੱਕ ਕਟੋਰੀ 'ਚ ਕਰ ਦੇਵਾਂਗੇ ਲਓ ਜੀ ਇਹ ਮਸਾਲਾ ਥੋੜ੍ਹਾ ਜਿਹਾ ਕੱਢ ਲਿਆ ਉੱਪਰੋਂ ਗਾਰਨਿਸ਼ ਕਰ ਲਾਂਗੇ ਹੁਣ ਇਹ ਪਨੀਰ ਨੂੰ ਥੋੜ੍ਹਾ ਜਿਹਾ ਭੁੰਨ ਲਵਾਂਗੇ ਹਾਂਜੀ ਜਿੰਨਾ ਚੌੜਾ ਹੋਏਗਾ ਇਹ ਆਸਾਨੀ ਰਹੇਗੀ ਨਾ ਪਲਟਣ ਲਈ ਲਓ ਜੀ ਇਹਨੂੰ ਗਾਰਨਿਸ਼ ਕਰਨ ਵਾਸਤੇ ਪਾਣ ਦਾ ਪੱਤਾ ਰੱਖਾਂਗੇ ਅੱਛਾ ਪਲੇਟ 'ਚ ਹਾਂਜੀ ਹਾਂਜੀ ਉਹ ਟਰੇ ਹੈਗੀ ਆ ਲਓ ਜੀ ਮੈਂ ਤੁਹਾਡੇ ਵਾਸਤੇ ਪਲੇਟ ਲੈ ਆਂਦੀ ਤੇ ਪਾਣ ਦੇ ਪੱਤੇ ਤੁਹਾਡੇ ਕੋਲ ਦੇ ਦੇਣਾ ਅਸੀਂ ਇਸ ਤੇ ਇਕੱਠੇ ਦੋ ਵੀ ਪਾ ਸਕਦੇ ਅੱਛਾ ਹੋਰੇ ਪਾ ਦਾਂ ਹਾਂਜੀ ਹਾਂ ਜਗ੍ਹਾ ਬਹੁਤ ਹੈ ਹਾਂਜੀ ਲਓ ਜੀ ਹੁਣ ਇਹਦੇ 'ਚ ਕੀ ਦੀ ਲੋੜ ਪੈਗੀ ਥੋੜਾ ਥੋੜਾ ਅੱਛਾ ਹੁਣ ਲੋੜ ਪੈਗਾ ਜੀ ਹਾਂਜੀ ਤੇਲ ਚਾਹੀਦਾ ਕਾ ਕਹਿੰਦਾ ਹਾਂਜੀ ਲਓ ਜੀ ਪਾ ਦੀਏ ਜੀ ਹਾਂਜੀ ਥੋੜਾ ਜਿਹਾ ਲਓ ਜੀ ਇਹ ਵਾਲਾ ਨਿਕਾਲ ਦਿੱਤੀ ਨਹੀਂ ਹੋ ਗਿਆ ਨਾ ਲਓ ਜੀ ਪਾਣ ਦਾ ਪੱਤਾ ਤੁਸੀਂ ਲਾ ਦਿਓ ਕਿਸ ਤਰ੍ਹਾਂ ਲਾਉਣਾ ਜੀ ਬਸ ਐਸੇ ਹੀ ਰੱਖ ਦਿੱਤੀ ਜੀ ਇਸ ਦੇ ਉੱਪਰ ਰੱਖ ਦਿੰਦੇ ਅੱਛਾ ਇਹਨੂੰ ਰੱਖ ਦੇ ਲਓ ਜੀ ਹੋਰ ਇੱਕ ਚਾਹੀਦਾ ਜੀ ਚਮਚ ਤੁਹਾਨੂੰ ਲਓ ਜੀ ਵਾਹ ਜੀ ਵਾਹ ਇਹਦੀ ਸਲਾਈਸ ਵੀ ਸਿੱਧਾ ਕਰ ਦਿੰਦੇ ਹਾਂ ਹਾਂ ਲਓ ਜੀ ਲਓ ਇਸਕੋ ਟ੍ਰਾਇੰਗਲ ਸ਼ੇਪ ਮੇਂ ਵੀ ਹਮ ਕਾਟ ਸਕਤੇ ਹਾਂ ਅੱਛਾ ਜੀ ਲਓ ਮਜ਼ੇਦਾਰ ਹੈ ਬਿਲਕੁਲ ਸਹੀ ਬਾਤ ਹੈ ਲਓ ਜੀ ਹੁਣ ਕੀ ਕਰੀਏ ਆ ਤੁਸੀਂ ਮਸਾਲਾ ਮੰਗਿਆ ਸੀ ਬੱਚਿਆ ਹੋਇਆ ਹਾਂਜੀ ਇਹਦੇ ਉੱਪਰ ਥੋੜਾ ਜ਼ਿਆਦਾ ਹਾਂ ਡਿਜ਼ਾਈਨ ਕਰਨ ਲਓ ਜੀ ਲਓ ਤੁਸੀਂ ਹੱਥ ਪੋਚ ਲਓ ਤੁਹਾਡੀ ਡਿਸ਼ ਹੈ ਜੀ ਇਹਦੇ 'ਚ ਪਾਓ ਮੈਂ ਤਾਂ ਸਿਰਫ ਚਖਣਾ ਹੈ ਜੀ ਫਿਰ ਬਾਅਦ 'ਚੋਂ ਦੱਸਾਂਗਾ ਹੁਣ ਪਾ ਦਿਓ ਜੀ ਇਹਨੂੰ ਅਸੀਂ ਕੱਟ ਲਈਏ ਇਹ ਕੱਟ ਲਿਆ ਜੀ ਵਾਹ ਜੀ ਇਸੇ ਮਸਾਲੇ ਕੋ ਥੋੜਾ ਸਾ ਇਸ ਵਿੱਚ ਡਾਲ ਕੇ ਦੁਬਾਰਾ ਪਾਣੀ ਸੇ ਪਤਲਾ ਕਰ ਲਈਏ ਪਾਣੀ ਸੇ ਪਤਲਾ ਕਰਨਾ ਠੀਕ ਹੈ ਜੀ ਇਹ ਲਓ ਜੀ ਪਾਣੀ ਕਹਾਂ ਗਿਆ ਇਹ ਲਈਏ ਇਹ ਮੈਂ ਦੇ ਦਿੰਦਾ ਹਾਂ ਕਾ ਪਾਣੀ ਬਤਾਈਏ ਮੈਨੂੰ ਕਿੰਨਾ ਡਾਲਣਾ ਹੈ ਥੋੜਾ ਸਾ ਬਸ ਡਾਲेंगे ਬਸ ਜੀ ਹਾਂਜੀ ਹਾਂਜੀ ਬਸ ਇਸਕੋ ਬਸ ਜੀ ਚਲੋ ਜੀ ਬੰਦ ਕਰ ਲਓ ਪਾਣੀ ਸੋਪ ਲੇਗਾ ਨਹੀਂ ਤਾਂ ਨਾ ਹਾਂਜੀ ਇਸੇ ਕੋ ਬਸ ਪੈਕ ਕਰਨੇ ਕੇ ਲਈ ਨਾ ਥੋੜਾ ਜਿਹਾ ਇੱਥੇ ਫਲਾਵਾਂਗੇ ਅੱਛੀ ਤਰ੍ਹਾਂ ਚਲੋ ਲਾ ਦੋ ਦੇਖਣ ਚ ਅੱਛਾ ਲੱਗੇਗਾ ਹਾਂਜੀ ਨਹੀਂ ਬਿਲਕੁਲ ਉੱਪਰੋਂ ਲਾਓਗੇ ਤੇ ਕਰਾਰਾ ਵੀ ਬਣ ਜਾਏਗਾ ਹਾਂਜੀ ਟੇਸਟ ਵੀ ਆਏਗਾ ਕਿਉਂਕਿ ਅੰਦਰ ਤੇ ਹੈਗਾ ਹੀ ਇਹ ਮਸਾਲਾ ਉੱਪਰ ਲਾ ਦੋ ਵਾਹ ਜੀ ਵਾਹ ਪ੍ਰੈਜੈਂਟੇਸ਼ਨ ਇਹ ਜੋ ਪੱਥਨੀਆਂ ਲਗਾਵਾਂਗੇ ਥੋੜਾ ਜਿਹਾ ਲਓ ਜੀ ਇਹਨੂੰ ਰੱਖ ਦੇਣਾ ਇਹ ਲਓ ਜੀ ਤਦਿਆ ਥੋੜਾ ਸਜਾਉਣ ਦੇ ਕੰਮ ਆਏਗਾ ਤਨੀਆਂ ਸਾਡਾ ਬਿਲਕੁਲ ਜੀ ਬਿਲਕੁਲ ਇੱਕ ਚੀਜ਼ ਤੇ ਮੈਂ ਸਾਰੇ ਦਰਸ਼ਕਾਂ ਨੂੰ ਦੱਸਾਂਗਾ ਕਿ ਇੰਨਾ ਵਧੀਆ ਇਨੋਵੇਸ਼ਨ ਜੇ ਘਰ 'ਚ ਹੁੰਦਾ ਤੇ ਭਾਈ ਉਸ ਘਰ 'ਚ ਖਾਣਾ ਕਿੰਨਾ ਸਵਾਦਿਸ਼ ਬਣਦਾ ਹੋਗਾ ਇਹ ਸੋਚੋ ਤੁਸੀਂ ਪਾਣ ਪਨੀਰ ਏ ਪਾਣ ਵਾਹ ਪਾਣ ਪੱਤਿਆਂ ਨਾਲ ਖਾਣਾ ਬਣ ਰਿਹਾ ਮਜ਼ੇਦਾਰ ਹੁਣ ਵੇਲਾ ਹੈ ਟੇਸਟ ਕਰਨ ਦਾ ਲਓ ਜੀ ਕੀ ਲੱਗਦਾ ਤੁਹਾਨੂੰ ਮੈਡਮ ਆਪੇ ਕੀ ਇਹ ਤੇ ਹੁਣ ਜੀ ਰੱਬ ਹੀ ਜਾਣੇ ਹੋਰ ਰੱਬ ਹੀ ਇਹਨਾਂ ਦਾ ਰੱਖਾ ਜੀ ਮੈਂ ਤਾਂ ਨਹੀਂ ਜਾਣਦਾ ਮੈਂ ਤਾਂ ਟੇਸਟ ਕਰਨ ਦੇ ਬਾਅਦ ਦੱਸਾਂਗਾ ਯੈਸ ਫੈਮਿਲੀ ਮੈਂਬਰਸ ਤੁਸੀਂ ਦੱਸੋ ਜੀ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਡਿਸ਼ ਹੈ ਪਾਨ ਪਨੀਰ ਸਾਡੇ ਸ਼ੈਫ ਨੂੰ ਪਸੰਦ ਆਏਗੀ ਡੈਫੀਨੇਟਲੀ ਪਸੰਦ ਆਏਗੀ ਕਿਉਂਕਿ ਇਹ ਬੜੀ ਇਨੋਵੇਟਿਵ ਹੈ ਅੱਛਾ ਡਿਫਰੈਂਟ ਇਨਗਰੀਡੀਐਂਟਸ ਯੂਜ਼ ਕੀਤੇ ਗਏ ਹੈ ਓਕੇ ਜਿਹੜੇ ਨੋਰਮਲੀ ਘਰ 'ਚ ਹੁੰਦੇ ਹੈ ਹਰ ਇੱਕ ਕਿਚਨ 'ਚ ਹੁੰਦੇ ਹੈ ਲੇਕਿਨ ਡਿਫਰੈਂਟਲੀ ਬਣਾਏ ਗਏ ਓਕੇ ਮਤਲਬ ਪੂਰੇ ਕੰਫੀਡੈਂਟ ਹੋ ਗਈ ਇਹ ਉਹਨਾਂ ਨੂੰ ਪਸੰਦ ਆਊਗਾ ਡੈਫੀਨੇਟਲੀ ਪਸੰਦ ਆਏਗਾ ਤੇ ਹੁਣ ਆਪਾਂ ਇੱਕ ਕੰਮ ਕਰਦੇ ਹਾਂ ਜੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਫਿਰ ਉਸ ਤੋਂ ਬਾਅਦ ਦੇਖਾਂਗੇ ਕੀ ਨੇ ਸਾਡੇ ਸ਼ੈਫ ਦੇ ਰਿਮਾਰਕਸ ਇਸ ਡਿਸ਼ ਦੇ ਉੱਤੇ ਨਹੀਂ ਅੱਛਾ ਲੱਗਿਆ ਲੱਗਦਾ ਉਹਨੂੰ ਮੈਡਮ ਕੀ ਬਣਾਇਆ
ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਬਹੁਤ ਹੀ ਡਿਫਰੈਂਟ ਅਲੱਗ ਸ਼ੋਅ ਦੇ ਵਿੱਚ ਜੋ ਹੈ ਪੰਜਾਬ ਦਾ ਚਟਪਟਾ ਮਸਾਲੇਦਾਰ ਸ਼ੋਅ ਨਾਮ ਹੈ ਜਿਸ ਦਾ ਪੀਟੀਸੀ ਪੰਜਾਬੀ ਪ੍ਰੈਜ਼ੈਂਟਸ ਪੰਜਾਬ ਦੇ ਸੁਪਰ ਸ਼ੈਫ ਕੀ ਬਾਤ ਹੈ ਹੁਣ ਇਹ ਤਾਂ ਬਹੁਤ ਕੌਨਫੀਡੈਂਟ ਨੇ ਕਿ ਜਿਹੜੀ ਪਹਿਲੀ ਡਿਸ਼ ਹੈ ਪਾਨ ਪਨੀਰ ਸਾਡੇ ਸ਼ੈਫ ਨੂੰ ਪਸੰਦ ਆਏਗੀ ਇਹ ਹੁਣ ਦੇਖਣਾ ਪਏਗਾ ਕਿਚਨ ਦੇ ਅੰਦਰ ਚੱਲ ਕੇ ਕਿ ਕੀ ਰਿਮਾਰਕਸ ਨੇ ਸਾਡੇ ਸ਼ੈਫ ਦੇ ਇਸ ਡਿਸ਼ ਦੇ ਲਈ ਚੱਲਦੇ ਹਾਂ ਜੀ ਫਿਰ ਕਿਚਨ ਦੇ ਅੰਦਰ ਪਨੀਰ ਵਧੀਆ ਗ੍ਰਿਲ ਹੋਇਆ ਕੱਟਣ 'ਚ ਪਤਾ ਚੱਲ ਰਿਹਾ ਕਿ ਬਹੁਤ ਵਧੀਆ ਗ੍ਰਿਲ ਹੋਇਆ ਅਤੇ ਮੈਡਮ ਕੀ ਬਣਾਇਆ ਸਾਰੀਆਂ ਚੀਜ਼ਾਂ ਘਰ ਹੈਗੀਆਂ ਤੁਹਾਡੇ ਫਲੇਵਰ ਵੀ ਮਜ਼ੇਦਾਰ ਹੈ ਔਰ ਇੱਕ ਬਾਈਟ ਖਾ ਲੈਣਾ ਜੀ ਲੇਕਿਨ ਤੁਸੀਂ ਰੈਸਿਪੀ ਦਾ ਰੀਕੈਪ ਦੇਖ ਲਓ ਜੀ ਪਾਨੇ ਪਨੀਰ ਬਣਾਉਣ ਲਈ ਤੁਹਾਨੂੰ ਲੋੜ ਹੈ ਪਨੀਰ ਪਤਲਾ ਕੱਟਿਆ ਹੋਇਆ ਖੜ੍ਹੇ ਮਸਾਲੇ ਪਾਨ ਦੇ ਪੱਤੇ ਟੋਮੈਟੋ ਪਿਊਰੀ ਦੇਗੀ ਮਿਰਚ ਲਸਣ ਦਾਲਚੀਨੀ ਪਾਊਡਰ ਹਰਾ ਧਨੀਆ ਅਦਰਕ ਪਿਆਜ਼ ਅਤੇ ਨਮਕ ਸਵਾਦ ਅਨੁਸਾਰ ਪਾਨੇ ਪਨੀਰ ਬਣਾਉਣ ਲਈ ਸਭ ਤੋਂ ਪਹਿਲਾਂ ਪੈਨ ਵਿੱਚ ਆਇਲ ਗਰਮ ਕਰੋ ਅਤੇ ਜੀਰਾ ਸਾਬੁਤ ਧਨੀਆ ਵੱਡੀ ਇਲਾਚੀ ਤੇਜ਼ ਪੱਤਾ ਲੌਂਗ ਅਦਰਕ ਲਸਣ ਅਤੇ ਪਿਆਜ਼ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ ਤਿਆਰ ਮਸਾਲੇ ਨੂੰ ਟੋਮੈਟੋ ਪਿਊਰੀ ਹਰੇ ਮਿਰਚ ਕਸ਼ਮੀਰੀ ਮਿਰਚ ਅਤੇ ਪਾਨ ਦੇ ਪੱਤੇ ਨਾਲ ਚੰਗੀ ਤਰ੍ਹਾਂ ਮਿਕਸੀ 'ਚ ਪੀਸ ਲਓ ਪਿਸੇ ਮਸਾਲੇ ਵਿੱਚ ਦਾਲਚੀਨੀ ਪਾਊਡਰ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਇੱਕ ਵਾਰ ਫਿਰ ਚੰਗੀ ਤਰ੍ਹਾਂ ਭੁੰਨੋ ਹੁਣ ਮਸਾਲੇ ਨੂੰ ਇੱਕ ਪਨੀਰ ਦੇ ਟੁਕੜੇ 'ਤੇ ਲੇਅਰ ਕਰੋ ਅਤੇ ਦੂਜੇ ਪਨੀਰ ਦੇ ਟੁਕੜੇ ਨਾਲ ਕਵਰ ਕਰਕੇ ਪੈਨ 'ਚ ਰੋਸਟ ਕਰ ਲਓ ਬਚੇ ਹੋਏ ਮਸਾਲੇ ਨੂੰ ਥੋੜ੍ਹਾ ਪਤਲਾ ਕਰਕੇ ਪਨੀਰ 'ਤੇ ਲਗਾ ਕੇ ਉੱਪਰੋਂ ਧਨੀਆ ਰੱਖ ਕੇ ਸਰਵ ਕਰੋ ਤੇ ਲਓ ਜੀ ਤਿਆਰ ਹੈ ਤੁਹਾਡੀ ਗਰਮਾ ਗਰਮ ਡਿਸ਼ ਪਾਨੇ ਪਨੀਰ ਪੰਜਾਬ ਦੇ ਸੁਪਰ ਸ਼ੈਫ ਸੇ ਸੋਨੇ ਜੀ ਫਿਰ ਤੋਂ ਇੱਕ ਵਾਰ ਤੁਹਾਡਾ ਸਵਾਗਤ ਕਰਦਾ ਮੈਂ ਪਹਿਲੀ ਰੈਸਪੀ ਗੜਬੜ ਹੁੰਦੀ ਬਚ ਗਈ ਜੀ ਬਿਲਕੁਲ ਬਚ ਗਈ ਇੱਕਦਮ ਕਿਨਾਰੇ ਤੱਕ ਚਲੇ ਗਈ ਸੀ ਤੁਹਾਡੇ ਨੌਕਾ ਸਾਥੋਂ ਤੋਂ ਬਚਾ ਲਿਆ ਬਸ ਉਹ ਡੁੱਬਣ ਹੀ ਵਾਲੀ ਸੀ ਕਿ ਬਚ ਗਈ ਜੀ ਬਿਲਕੁਲ ਇੱਕਦਮ ਬਚ ਗਈ ਤੇ ਇਹ ਜਿਹੜੀ ਰੈਸਪੀ ਆ ਇਹ ਕਿਹੜੀ ਰੈਸਪੀ ਆ ਇਹ ਪਨੀਰੀ ਘੀ ਹੈ ਆਪਣੀ ਪਨੀਰੀ ਘੀਆ ਹਾਂਜੀ ਵਾਹ ਜੀ ਘੀਆ ਮਤਲਬ ਇਹ ਵਾਈਟ ਪੰਪਕਿਨ ਜਿਹੜਾ ਹੁੰਦਾ ਹੈ ਜੀ ਚਲੋ ਜੀ ਕੀ ਹੈ ਨਾ ਬਹੁਤ ਵਧੀਆ ਚੀਜ਼ ਹੁੰਦੀ ਹੈ ਕਿ ਆ ਜਿਹੜਾ ਹੈ ਉਹ ਜਿਹੜੇ ਵੀ ਖਾਂਦੇ ਨੇ ਇੱਕਦਮ ਸਿਹਤ ਵਾਸਤੇ ਤੰਦਰੁਸਤ ਬੱਚੇ ਅੱਜ ਕੱਲ ਇਹਨੂੰ ਖਾਂਦੇ ਨਹੀਂ ਆ ਤਾਂ ਇਸ ਪਨੀਰ ਦੇ ਵਿੱਚ ਪਾ ਕੇ ਇਹਨੂੰ ਬਣਾਈਏ ਅੱਛਾ ਇਸੇ ਕਰਕੇ ਕੈਮੋਫਲੇਜ ਹੋ ਜਾਏ ਤਾਂ ਕਿ ਬੱਚੇ ਖਾਣ ਲੱਗ ਬਹੁਤ ਹੀ ਵਧੀਆ ਆਈਡੀਆ ਜੀ ਇਹ ਆਈਡੀਆ ਤਾਂ ਮੈਨੂੰ ਬੜਾ ਅੱਛਾ ਲੱਗਾ ਹੁਣ ਟੇਸਟ ਅੱਛਾ ਲੱਗੇਗਾ ਕਿ ਨਹੀਂ ਉਹ ਤਾਂ ਪਤਾ ਚੱਲੇਗਾ ਬਣਨ ਦੇ ਬਾਅਦ ਪਹਿਲਾਂ ਮੈਡਮ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਹੈ ਉਹ ਇੱਕ ਵਾਰ ਫਟਾਫਟ ਦੱਸ ਦਿਓ ਇਹ ਖੜੇ ਮਸਾਲੇ ਹੈ ਜੀ ਹਾਂਜੀ ਕੀ ਆ ਤੋਂ ਤੁਸੀਂ ਕੁਝ ਕੀਤਾ ਮੈਂ ਦੇਖਿਆ ਕਦੋਂ ਕਸ ਥੋੜਾ ਬੋਇਲ ਕਰਕੇ ਰੱਖਤਾ ਹੈ ਅੱਛਾ ਕਦੋਂ ਕਸ ਕਰਕੇ ਬੋਇਲ ਕਰ ਲਿਆ ਹਾਂਜੀ ਅੱਛਾ ਪਨੀਰ ਹੈਗਾ ਆਪਣਾ ਇਹ ਅਦਰਕ ਹਾਂ ਹਲਦੀ ਹਾਂ ਧਨੀਆ ਪਾਊਡਰ ਕਰਤੇ ਹੈ ਇਹ ਆਪਣਾ ਲਸਣ ਆਪਣੀ ਮਹਿਕ ਦੀ ਤੇਗੀ ਮਿਰਚ ਹੈਗੀ ਹੈ ਨਮਕ ਤੇ ਧਨੀਆ ਪਾਤਾ ਜੀ ਧਨੀਆ ਮਟਰ ਮਟਰ ਇਹ ਵੀ ਉਬਲੇ ਹੋਏ ਮਟਰ ਹੈ ਅੱਛਾ ਉਬਲੇ ਹੋਏ ਮਟਰ ਹੈ ਹਾਂਜੀ ਤੇ ਆਪਣਾ ਟਮਾਟਰ ਪਿਆਜ਼ ਪਿਆਜ਼ ਚਲੋ ਜੀ ਚੀਜ਼ਾਂ ਦੇਖ ਲਈਆਂ ਹੁਣ ਟੇਸਟ ਦੇਖਾਂਗੇ ਲੇਕਿਨ ਬਣਾਉਣ ਤੇ ਬਾਅਦ ਤੇ ਬਣਾਉਣਾ ਸ਼ੁਰੂ ਕਰੀਏ ਲਓ ਜੀ ਅਸੀਂ ਵਾਪਸ ਆ ਗਏ ਇਨਗਰੀਡੀਅੰਟ ਸਾਰੇ ਦੇਖਣ ਦੇ ਬਾਅਦ ਹੁਣ ਤਿਆਰੀ ਖਾਣਾ ਬਣਾਉਣ ਦੀ ਮੈਡਮ ਬਿਲਕੁਲ ਤਿਆਰ ਹੋ ਬਿਲਕੁਲ ਜੀ ਐਰ ਕੀ ਮਸਾਲਾ ਜਲੇਗਾ ਤੇ ਨਹੀਂ 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 ਬਿਲਕੁਲ ਨਹੀਂ ਪੱਕਾ ਜੇ ਜਲ ਜਾਏਗਾ ਨਾ ਤੇ ਤੁਸੀਂ ਕੰਪੀਟੀਸ਼ਨ ਦੇ ਬਾਅਦ ਓਕੇ ਹੁਣ ਇਹਦੇ ਆਇਲ ਪਾਵਾਂਗੇ ਗਗਨ ਦਾ ਆਇਲ ਪਾਉਣਾ ਗਗਨ ਦਾ ਲਓ ਜੀ ਲੋ ਡੈਂਸਿਟੀ ਆਇਲ ਹੈ ਅੱਛਾ ਇਹਦੀ ਖਾਸੀਅਤ ਹੈ ਲੋ ਡੈਂਸਿਟੀ ਚਲੋ ਜੀ ਬਹੁਤ ਵਧੀਆ ਥੋੜਾ ਜਾ ਇਸ ਚ ਅਦਰਕ ਅੱਧਾ ਚਮਚ ਲਸਣ ਹੁਣ ਇਸ ਥੋੜ੍ਹਾ ਜਿਹਾ ਟਮਾਟਰ ਲੰਬਾ ਕੱਟ ਹੋਇਆ ਪਾ ਦਾਂਗੇ ਥੋੜ੍ਹਾ ਜਿਹਾ ਇਸ ਨਮਕ ਪਾ ਦਾਂਗੇ ਨੂਨ ਟਮਾਟਰ ਗਲ ਜਾਣਗੇ ਸਾਲ ਸਾਲ ਹਾਂ ਅੱਧਾ ਚਮਚ ਪਾ ਰਹੇ ਹਾਂ ਅਸੀਂ ਚਲੋ ਜੀ ਪਾ ਦਿਓ ਥੋੜ੍ਹੀ ਜਿਹੀ ਹਲਦੀ ਅੱਛਾ ਅੱਧਾ ਚਮਚ ਹਲਦੀ ਪਾਈਏ ਜੀ ਇਸ ਚ ਚਲੋ ਥੋੜ੍ਹਾ ਜਿਹਾ ਇਸ ਦਾਲਚੀਨੀ ਪਾ ਦਾਂਗੇ ਆਪਾਂ ਅੱਛਾ ਦਾਲਚੀਨੀ
ਤੁਹਾਨੂੰ ਦਾਲਚੀਨੀ ਦਾ ਬੜਾ ਪ੍ਰੇਮ ਹੈ ਮੈਂ ਦੇਖ ਰਿਹਾ ਜਦੋਂ ਤੱਕ ਇਹ ਪੱਕ ਰਿਹਾ ਇਹਦੇ ਉੱਪਰ ਆਪਾਂ ਧਨੀਆ ਪਾਊਡਰ ਪਾ ਦਿੰਦੇ ਹਾਂ ਥੋੜਾ ਜਿਹਾ ਮਾਸ਼ਾ ਅੱਲਾਹ ਉਹ ਜੀ ਅਰੇ ਵਾਹ ਧਨੀਆ ਪਾਊਡਰ ਇਹ ਤਾਂ ਦਾਣੇਦਾਰ ਹੈ ਤੇ ਤੂੰ ਘਰ ਬਣਾਉਂਦੇ ਤੁਸੀਂ ਹਾਂਜੀ ਇਹ ਇਸ ਤੇ ਕੁੰਡੀ ਸੋਟੇ ਚ ਪੀਸਿਆ ਥੋੜਾ ਜਿਹਾ ਅੱਛਾ ਕੁੰਡੀ ਸੋਟੇ ਚ ਜੇ ਅਸੀਂ ਮਿਕਸੀ ਚ ਮੈਂ ਉਹ ਦੱਸ ਦਿੰਦਾ ਕੁੰਡੀ ਸੋਟਾ ਦਾ ਮਤਲਬ ਹੈ ਠੀਕ ਹੈ ਜੀ ਫਰੈਸ਼ ਧਨੀਆ ਕੁੱਟਿਆ ਹੋਇਆ ਘਰ ਚ ਹਾਂਜੀ ਹੁਣ ਹੋਰ ਕੁਝ ਪਾਉਣਾ ਜੀ ਬਸ ਥੋੜਾ ਜਿਹਾ ਇਹ ਪੱਕ ਗਿਆ ਹੁਣ ਇਹਨੇ ਕੀ ਛੱਡਤਾ ਹੈ ਇਹਦਾ ਮਤਲਬ ਤਿਆਰ ਹੈ ਸਾਡਾ ਮਸਾਲਾ ਥੋੜਾ ਜਿਹਾ ਲਓ ਜੀ ਮਹਿਕਦੀ ਕਸ਼ਮੀਰੀ ਦੇਗੀ ਮੇ ਹੁਣ ਇਹਦੇ ਚ ਅਸੀਂ ਘੀਆ ਪਾ ਸਕਦੇ ਆ ਇਹ ਮੈਂ ਉਬਾਲੀ ਹੋਈ ਹੈ ਘੀਆ ਪਹਿਲਾਂ ਬਹੁਤ ਵਧੀਆ ਤੇ ਇਹਨੂੰ ਥੋੜਾ ਨਿਚੋੜਤਾ ਹੈ ਨਿਚੋੜ ਕੇ ਇਹਦਾ ਪਾਇਆ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਮਿਕਸ ਕਰ ਲਾਂਗੇ ਮਸਾਲੇ ਉੱਪਰ ਇਹ ਮਿਕਸ ਹੋ ਗਿਆ ਹੁਣ ਇਹਨੂੰ ਥੋੜੀ ਦੇਰ ਲਈ ਅਸੀਂ ਢੱਕ ਦਵਾਂਗੇ ਅੱਛਾ ਅੱਛਾ ਹੁਣ ਠੀਕ ਹੈ ਜੀ ਹੁਣ ਨਹੀਂ ਚੱਲੇਗਾ ਜੀ ਹੁਣ ਚਿੰਤਾ ਨਾ ਕਰੋ ਬਿਲਕੁਲ ਐ ਲੋ ਜੀ ਢੱਕਤਾ ਚਲੋ ਜੀ ਜਦ ਤੱਕ ਇਹ ਪੱਕਦਾ ਤਦ ਤੱਕ ਸਾਹਿਲ ਜੀ ਸਾਡੇ ਪੂਰੀ ਐਂਟਰਟੇਨਮੈਂਟ 'ਚ ਲੱਗੇ ਹੋਏ ਨੇ ਜੀ ਪਰਿਵਾਰ ਦਾ ਉਹਨਾਂ ਨਾਲ ਮਿਲਾਉਣੇ ਲਓ ਜੀ ਹੁਣ ਦੁਨੀਆ ਪੂਰੀ ਦੇਖ ਰਹੀ ਹੈ ਸੋਨੀਆ ਜੀ ਨੂੰ ਸਰ ਤੁਸੀਂ ਕਦੇ ਸੋਚਿਆ ਸੀਗਾ ਕਿ ਤੁਹਾਡੀ ਵਾਈਫ ਇਹੋ ਜਿਹੇ ਸ਼ੋਅ ਦੇ ਵਿੱਚ ਜਾਣਗੇ ਜਿੱਥੇ ਉਹਨਾਂ ਨੂੰ ਪੂਰੀ ਦੁਨੀਆ ਦੇਖੇਗੀ ਉਹਨਾਂ ਦੇ ਡਿਸ਼ਿਜ਼ ਨੂੰ ਦੇਖੇਗੀ ਉਹਨਾਂ ਦੀ ਰੈਸਿਪੀਜ਼ ਨੂੰ ਲਿਖੇਗੀ ਨਹੀਂ ਸਰ ਮੈਂ ਨਹੀਂ ਸੋਚਿਆ ਸੀ ਡਿਸ਼ਿਜ਼ ਬਹੁਤ ਅੱਛੀ ਬਣਾਉਂਦੀ ਪਰ ਇਹ ਨਹੀਂ ਸੋਚਿਆ ਸੀ ਵੀ ਇੱਥੇ ਪਹੁੰਚ ਜਾਣਗੇ ਮੈਨੂੰ ਬੜਾ ਸਰਪ੍ਰਾਈਜ਼ ਹੈ ਮੇਰੇ ਲਈ ਸਰ ਮੈਂ ਇੱਕ ਔਖਾ ਜਿਹਾ ਕੁਐਸਚਨ ਪੁੱਛਾਂ ਪੱਕਾ ਦੇਖ ਲਓ ਉਹ ਇਹ ਹੈ ਕਿ ਜੇ ਮੈਂ ਤੁਹਾਡੇ ਤੋਂ ਪੁੱਛਾਂ ਕਿ ਤੁਹਾਨੂੰ ਆਪਣੀ ਵਾਈਫ ਦਾ ਖਾਣਾ ਪਸੰਦ ਹੈ ਜ਼ਿਆਦਾ ਜਾਂ ਫਿਰ ਸੋਨੀਆ ਜੀ ਦਾ ਕੀ ਆਨਸਰ ਹੋਏਗਾ ਸੋਨੀਆ ਜੀ ਦਾ ਖਾਣਾ ਪਸੰਦ ਆ ਬਾਅਦ ਚ ਪਤਾ ਚੱਲੇ ਚਲੋ ਜੀ ਤੁਸੀਂ ਸੋਨੀਆ ਜੀ ਦੇ ਘਰੇ ਜਾ ਕੇ ਖਾਣਾ ਖਾਓ ਹਨਾ ਬਾਅਦ ਚੋ ਘਰੇ ਖਾਣਾ ਨਾ ਮਿਲੇ ਚਲੋ ਬਹੁਤ ਵਧੀਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗ ਰਿਹਾ ਹੁਣ ਆਪਾਂ ਕਰਦੇ ਕੰਮ ਜ਼ਿਆਦਾ ਗੱਲਾਂ ਨਹੀਂ ਕਰਦੇ ਹੁਣ ਆਪਾਂ ਕਿਚਨ ਦੇ ਅੰਦਰ ਚੱਲਦੇ ਹਾਂ ਤੇ ਦੇਖਦੇ ਹਾਂ ਕੀ ਹੋ ਰਿਹਾ ਕਿਚਨ ਦੇ ਅੰਦਰ ਲਓ ਜੀ ਮੈਡਮ 3-4 ਮਿੰਟ ਹੋ ਗਏ ਹੁਣ ਦੇਖ ਲਓ ਆਹਾ ਬਿਲਕੁਲ ਕੀ ਬਾਤ ਹੈ ਮਹਿਕ ਅੱਛੀ ਆ ਰਹੀ ਹੈ ਵਾਹ ਜੀ ਵਾਹ ਮਹਿਕ ਦੇ ਮਸਾਲੇ ਪਾਏ ਆ ਤਾਂ ਮਹਿਕ ਤਾਂ ਅੱਛੀ ਆਏਗੀ ਆਏਗੀ ਬਿਲਕੁਲ ਜੀ ਹੁਣ ਜੀ ਕੀ ਕਰਨਾ ਹੈ ਹੁਣ ਇਹਦੇ ਅਸੀਂ ਉਬਲੇ ਹੋਏ ਮਟਰ ਪਾਵਾਂਗੇ ਲਓ ਜੀ ਉਬਲੇ ਹੋਏ ਮਟਰ ਐ ਲਓ ਜੀ ਪਾ ਦਿਓ ਵਾਹ ਇਹ ਪਹਿਲਾਂ ਹੀ ਉਬਾਲ ਕੇ ਰੱਖ ਲਿਆ ਤੇ ਮੇਰੇ ਵੱਲੋਂ ਥੋੜੇ ਜਿਹਾ ਪਾ ਦਿਓ ਕੋਈ ਟੈਨਸ਼ਨ ਨਹੀਂ ਕੋਈ ਚੱਕਰ ਨਹੀਂ ਇਹਦੇ ਵਿੱਚ ਥੋੜਾ ਜਿਹਾ ਪਨੀਰ ਪਾ ਦਾਂਗੇ ਲਓ ਜੀ ਲਓ ਇਹ ਪਹਿਲਾਂ ਕੱਦੂਕਸ ਕਰਕੇ ਰੱਖਿਆ ਹੈ ਠੀਕ ਹੈ ਜੀ ਬਹੁਤ ਵਧੀਆ ਇਹਨੂੰ ਅੱਛੀ ਤਰ੍ਹਾਂ ਹਲਾ ਲਵਾਂਗੇ ਮਿਕਸ ਕਰ ਲਓ ਜੀ ਚੰਗੀ ਤਰ੍ਹਾਂ ਥੋੜਾ ਜਿਹਾ ਇਸ ਮਹਿਕ ਦਾ ਗਰਮ ਮਸਾਲਾ ਵੀ ਪਾ ਦਿਓ ਅੱਛਾ ਗਰਮ ਮਸਾਲਾ ਪਾਉਣਾ ਅੱਛਾ ਸਵਾਦ ਲਓ ਜੀ ਆ ਗਰਮ ਮਸਾਲਾ ਤੁਹਾਨੂੰ ਦੇ ਦੇਣਾ ਮਹਿਕ ਦਾ ਮਹਿਕ ਦੇ ਗਰਮ ਮਸਾਲੇ ਹਾਂਜੀ ਬਿਲਕੁਲ ਵਧੀਆ ਸਵਾਦ ਸੁਗੰਧ ਦੋਵੇਂ ਵਧੀਆ ਇਹਦੇ ਚ ਮੈਡਮ ਇਹ ਐਕਚੁਅਲੀ ਡਿਸ਼ ਦੇਖ ਕੇ ਮੈਨੂੰ ਲੱਗਦਾ ਕਿ ਇਹ ਸਨੈਕਸ ਵੀ ਬੱਚੇ ਖਾ ਸਕਦੇ ਨੇ ਜੇ ਕਦੀ ਨਹੀਂ ਲੱਗਦਾ ਸਿੱਧੇ ਮੈਨੂੰ ਪਰੌਂਠੇ ਚਾਹੀਦੇ ਇਹਦੇ ਨਾਲ ਤੇ ਇਹ ਤੇ ਲਗਭਗ ਤਿਆਰ ਹੋ ਗਿਆ ਹੁਣ ਕੋਈ ਪਾਣਾ ਧਨੀਆ ਹੋਣਿਆ ਪਾਉਣਾ ਇਹਦੇ ਚ ਹਾਂ ਉਹ ਆਪਾਂ ਲੈ ਲਓ ਜੀ ਪਲੇਟ ਸੱਕ ਕੇ ਪਾ ਦੋ ਤੁਸੀਂ ਪਾ ਸਕਦੇ ਹੋ ਪਾ ਦੋ ਹਾਂਜੀ ਇਹ ਪੰਜਾਬੀ ਸਟਾਈਲ 'ਚ ਪਾਓ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਮੈਂ ਇਸੇ ਕਰਕੇ ਪਾ ਰਿਹਾ ਕਿਉਂਕਿ ਮੈਂ ਹੁਣੇ ਹੀ ਟੇਸਟ ਕਰਨ ਵਾਲਾ ਮੈਨੂੰ ਐਕਸਾਈਟਮੈਂਟ ਆ ਗਿਆ ਜੀ ਇਹ ਡਿਸ਼ ਦੇਖ ਕੇ ਮਜ਼ਾ ਹੈ ਕਿੰਨਾ ਹੈ ਇਸ ਡਿਸ਼ 'ਚ ਕਿ ਘੀਆ ਹੋਰ ਪਨੀਰ ਮਟਰ ਨਾਲ ਬੱਚਿਆਂ ਵਾਸਤੇ ਚੰਗਾ ਬਈ ਬੱਚਿਆਂ ਨੂੰ ਇਹਨੂੰ ਮਟਰ ਤੇ ਪਨੀਰ ਹੀ ਲੱਗੇਗਾ ਸਾਰਾ ਕੁਝ ਬਿਲਕੁਲ ਆ ਲਓ ਜੀ ਸਿੱਧਾ ਫਰਾਈਂਗ ਪੈਨ ਤੋਂ ਮੈਂ ਟੇਸਟ ਕਰ ਰਿਹਾ ਮੈਂ ਰੁਕ ਨਹੀਂ ਸਕ ਰਿਹਾ ਬਈ ਮਜ਼ੇਦਾਰ ਇੰਨੀ ਹੈ ਡਿਸ਼ ਲਓ ਜੀ ਦੋਸਤੋ ਸੈਕਿੰਡ ਡਿਸ਼ ਵੀ ਬਿਲਕੁਲ ਤਿਆਰ ਹੈ ਤੇ ਹੁਣ ਸਾਡੇ ਸ਼ੈਫ ਕਰਨਗੇ ਇਸ ਨੂੰ ਟੇਸਟ ਤੇ ਦੱਸਣਗੇ ਕਿਹੋ ਜੀ ਹੈ ਇਹ ਡਿਸ਼ ਟੈਨਸ਼ਨ ਹੈਗੀ ਹੈ ਜੀ ਹੈਗੀ ਹੈ ਬੇਟੇ ਨੂੰ ਤਾਂ ਪੂਰੀ ਟੈਨਸ਼ਨ ਹੈ ਬੂਆ ਜੀ ਨੂੰ ਵੀ ਪੂਰੀ ਟੈਨਸ਼ਨ ਹੈ ਹੁਣ ਟੈਨਸ਼ਨ ਹੋਣੀ ਸ਼ੁਰੂ ਹੋ ਗਈ ਕਿਉਂਕਿ ਮਾਮਲਾ ਗ੍ਰੈਂਡ ਫਿਨਾਲੇ ਦਾ ਹੈ ਜੇ ਇਹ ਡਿਸ਼ਿਜ਼ ਸਾਡੇ ਸ਼ੈਫ ਨੂੰ ਪਸੰਦ ਆਈ ਤਾਂ ਇਹਨਾਂ ਦੇ ਵਿੱਚੋਂ ਕੰਟੈਸਟੈਂਟ ਜਾਣਗੇ ਗ੍ਰੈਂਡ ਫਿਨਾਲੇ ਦੇ ਵਿੱਚ ਚਲੋ ਜਿੰਨੀ ਦੇਰ ਤੱਕ ਸਾਡੇ ਸ਼ੈਫ ਦਿੰਦੇ ਨੇ ਰਿਮਾਰਕਸ ਇਸ ਡਿਸ਼ ਦੇ ਉੱਤੇ ਆਪਾਂ ਕਰਦੇ ਹਾਂ ਕੰਮ ਆਪਾਂ ਲੈਂਦੇ ਛੋਟੀ ਜਿਹੀ ਬ੍ਰੇਕ ਬ੍ਰੇਕ ਤੋਂ ਬਾਅਦ ਤੁਹਾਨੂੰ ਪਤਾ ਚੱਲੇਗਾ ਕਿਹੋ ਜਿਹੀ ਹੈ ਡਿਸ਼ ਅਤੇ ਕੀ ਨੇ ਰਿਮਾਰਕਸ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਪੰਜਾਬ ਦੇ ਬਹੁਤ ਹੀ ਵੱਖਰੇ ਡਿਫਰੈਂਟ ਸ਼ੋਅ ਦੇ ਵਿੱਚ ਜਿਸ ਨੂੰ ਤੁਸੀਂ ਦੇ ਰਹੇ ਹੋ ਦਿਲ ਖੋਲ ਕੇ ਪਿਆਰ ਇਹ ਬਣ ਚੁੱਕਾ ਹੈ ਜੀ ਤੁਹਾਡੇ ਸਾਰਿਆਂ ਦਾ ਫੇਵਰਿਟ ਸ਼ੋਅ ਨਾਮ ਹੈ ਜਿਸ ਦਾ PTC ਪੰਜਾਬੀ ਪ੍ਰੈਜ਼ੈਂਟਸ ਪੰਜਾਬ ਦੇ ਸੁਪਰ ਸ਼ੈਫ ਸਾਡੇ ਪਾਰਟਨਰਸ ਨੇ ਕੁਕਿੰਗ ਪਾਰਟਨਰ ਗਗਨ ਕੁਕਿੰਗ ਆਇਲ ਜਹਾਂ ਗਗਨ ਵਹਾਂ ਜਸ਼ਨ ਜਹਾਂ ਜਸ਼ਨ ਵਹਾਂ ਗਗਨ ਡਿਸ਼ ਵਾਸ਼ਿੰਗ ਪਾਰਟਨਰ ਵਿਮ ਲਿਕੁਇਡ ਜੈਲ ਸਿਰਫ ਇੱਕ ਚਮਚ ਖੋਲੋ ਔਰ ਇੱਕ ਟਾਈਮ ਕੇ ਸਾਰੇ ਬਰਤਨ ਧੋ ਲੋ ਡਿਜ਼ਰਟ ਪਾਰਟਨਰ ਨੇ ਸ਼ੂਗਰ ਫ੍ਰੀ ਨੈਚੁਰਾ ਮੀਠਾ ਵੀ ਡਾਇਟ ਵੀ ਹੈਲਥ ਪਾਰਟਨਰ ਨੇ ਐਕਵਾਗਾਰਡ ਪਾਣੀ ਦਾ ਡਾਕਟਰ ਸਪਾਈਸ ਪਾਰਟਨਰ ਨੇ ਮਹਿਕ ਮਸਾਲੇ ਸੁਗੰਧ ਔਰ ਸਵਾਦ ਵਾਲੇ ਮਸਾਲੇ ਮਹਿਕ ਮਸਾਲੇ ਸਨੈਕਸ ਪਾਰਟਨਰ ਨੇ
ਮੈਕਿਨ ਫੂਡ ਸਮਾਈਲੀ ਟੇਸਟ ਕਾ ਨਯਾ ਮੈਜਿਕ। ਹੁਣ ਮੈਜਿਕ ਚੱਲਦਾ ਇਹ ਦੂਸਰੀ ਡਿਸ਼ ਦਾ ਜਾਂ ਫਿਰ ਨਹੀਂ ਸਾਡੇ ਸ਼ੈਫ ਦੇ ਉੱਤੇ, ਇਹ ਤਾਂ ਸਾਨੂੰ ਹੁਣ ਪਤਾ ਚੱਲੂਗਾ ਕਿਚਨ ਦੇ ਅੰਦਰ ਚੱਲ ਕੇ। ਲਓ ਜੀ ਆ ਗਏ ਵਾਪਸ। ਬਾਈ ਇਸ ਡਿਸ਼ 'ਤੇ ਤਾਂ ਮੈਡਮ ਬਹੁਤ ਦਮ ਹੈ, ਇਹਦੇ ਵਾਸਤੇ ਤਾਂ ਪਰੌਂਠੇ ਚਾਹੀਦੇ ਇੱਥੇ ਬਿਲਕੁਲ ਮਜ਼ੇ ਨਾਲ, ਛੋਟੀ ਛੋਟੀ ਪਰੌਂਠੀਆਂ ਚਾਹੀਦੀਆਂ ਮਜ਼ੇ ਵਾਲੀ, ਇਹਦੇ ਨਾਲ ਖਾਓ, ਆਹ ਕਿਆ ਬਾਤ ਹੈ, ਮਜ਼ਾ ਆ ਗਿਆ। ਪਨੀਰੀ ਘੀਆ ਬਣਾਉਣ ਲਈ ਤੁਹਾਨੂੰ ਲੋੜ ਹੈ ਖੜੇ ਮਸਾਲੇ, ਉਬਲਿਆ ਹੋਇਆ ਘੀਆ, ਪਨੀਰ, ਅਦਰਕ ਦਾ ਪੇਸਟ, ਹਲਦੀ, ਧਨੀਆ ਪਾਊਡਰ, ਲਸਣ ਦਾ ਪੇਸਟ, ਦੇਗੀ ਮਿਰਚ, ਹਰਾ ਧਨੀਆ, ਉਬਲੇ ਹੋਏ ਮਟਰ, ਟਮਾਟਰ, ਪਿਆਜ਼ ਤੇ ਨਮਕ ਸਵਾਦ ਅਨੁਸਾਰ। ਪਨੀਰੀ ਘੀਆ ਬਣਾਉਣ ਲਈ ਪੈਨ ਵਿੱਚ ਆਇਲ ਗਰਮ ਕਰੋ ਤੇ ਜੀਰਾ, ਸਾਬੁਤ ਧਨੀਆ, ਛੋਟੀ ਇਲਾਚੀ, ਲੌਂਗ, ਤੇਜ਼ ਪੱਤਾ, ਸੁੱਕੇ ਸਾਬਤ ਲਾਲ ਮਿਰਚ, ਪਿਆਜ਼, ਅਦਰਕ ਲਸਣ ਦਾ ਪੇਸਟ, ਲੰਬੇ ਕੱਟੇ ਟਮਾਟਰ, ਹਲਦੀ, ਦਾਲਚੀਨੀ ਪਾਊਡਰ, ਕਸ਼ਮੀਰੀ ਮਿਰਚ ਤੇ ਸਵਾਦ ਅਨੁਸਾਰ ਨਮਕ ਪਾ ਕੇ ਮਸਾਲਾ ਤਿਆਰ ਕਰ ਲਓ ਤੇ ਉਬਲਿਆ ਹੋਇਆ ਘੀਆ ਪਾ ਕੇ ਉਹਨੂੰ ਮਿਕਸ ਕਰ ਲਓ ਤੇ ਪੈਨ ਨੂੰ ਢੱਕ ਦਿਓ। ਹੁਣ ਉਬਲੇ ਹੋਏ ਮਟਰ, ਪਨੀਰ ਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਪਕਾ ਲਓ ਤੇ ਉੱਪਰੋਂ ਹਰਾ ਧਨੀਆ ਪਾ ਕੇ ਸਰਵ ਕਰੋ ਤੇ ਲਓ ਜੀ ਤਿਆਰ ਹੈ ਤੁਹਾਡਾ ਸਵਾਦਿਸ਼ਟ ਪਨੀਰੀ ਘੀਆ। ਹੁਣ ਜਿਹੜੀ ਚੀਜ਼ਾਂ ਤੁਸੀਂ ਬਣਾਈਆਂ ਸੀ ਉਹਨਾਂ ਚੋਂ ਮੈਂ ਥੋੜੀਆਂ ਚੀਜ਼ਾਂ ਚੁਰਾ ਲਈਆਂ ਹੈ ਜੀ। ਘੀਆ ਜਿਹੜੀ ਤੁਸੀਂ ਬੋਇਲ ਕੀਤਾ ਸੀ ਉਹ ਮੈਂ ਚੁਰਾ ਲਿਆ, ਪਾਨ ਦੇ ਪੱਤੇ ਚੁਰਾ ਲਏ, ਮੈਂ ਚੋਕਲੇਟ ਘੀਆ ਪਾਨ ਬਣਾ ਰਿਹਾ ਤੁਹਾਡੇ ਮਜ਼ੇਦਾਰ ਹੈ ਨਾ ਜੀ। ਇਹਦੇ ਵਾਸਤੇ ਸਾਨੂੰ ਕੀ ਚਾਹੀਦਾ ਮੈਂ ਇਹ ਦੱਸ ਦਿੰਦਾ, ਬੋਇਲਡ ਕੱਦੂਕਸ ਕੀਤਾ ਹੋਇਆ, ਉਬਲਿਆ ਹੋਇਆ ਘੀਆ, ਕੱਚਾ ਵੀ ਲੈ ਸਕਦੇ ਹੋ, ਕਾਫੀ ਟਾਈਮ ਲੱਗਦਾ ਕੱਚੇ ਨਾਲ, ਚੋਕਲੇਟ ਮੈਲਟਡ ਚਾਹੀਦੀ, ਡਾਰਕ ਚੋਕਲੇਟ, ਖੋਇਆ ਚਾਹੀਦਾ ਜੀ, ਅਤੇ ਇਹਦੇ ਨਾਲ ਨਾਲ ਥੋੜ੍ਹੇ ਅਸੋਰਟਿਡ ਨਟਸ ਚਾਹੀਦੇ ਮੇਰੇ ਕੋਲ, ਇਹਦੇ 'ਚ ਬਦਾਮ, ਸਿਰੌਂਜੀ ਅਤੇ ਕਾਜੂ, ਕਿਸ਼ਮਿਸ਼ ਸਭ ਹੈਗੇ ਨੇ, ਘਿਓ ਹੈਗਾ ਨਾ, ਇਲਾਇਚੀ ਦਾ ਪਾਊਡਰ, ਰੈੱਡ ਚੈਰੀ, ਪਾਨ ਦੇ ਪੱਤੇ, ਅਤੇ ਇਹਦੇ ਨਾਲ ਨਾਲ ਸਾਨੂੰ ਚਾਹੀਦਾ ਹੋਗਾ ਇਹ ਸ਼ੂਗਰ ਫਰੀ ਨੈਚੁਰਲ, ਠੀਕ ਹੈ ਜੀ, ਇਹ ਵੀ ਰੱਖ ਲੈਂਦੇ ਹਾਂ। ਲਓ ਜੀ ਲਓ ਜੀ ਹਲਵਾ ਬਣ ਰਿਹਾ, ਅਤੇ ਘਿਓ ਪਾਉਣ 'ਚ ਬਿਲਕੁਲ ਕੰਜੂਸੀ ਨਹੀਂ ਕਰੀਦੀ ਜੀ, ਇਹ ਘੱਟ ਤੋਂ ਘੱਟ 3 ਵੱਡੇ ਚਮਚ ਘਿਓ ਦੇ ਪਾਤੇ ਮੈਂ, ਵਧੀਆ ਘੱਟ ਤੋਂ ਘੱਟ 1.5 ਕੱਪ ਜਿਹੜਾ ਹੈ ਨਾ ਆਹ ਘੀਆ ਜਿਹੜਾ ਹੈ ਕੱਦੂਕਸ ਕੀਤਾ ਹੈ ਉਬਲਾਇਆ ਹੋਇਆ ਹੈਗਾ, ਅਤੇ ਇਹਦੇ 'ਚ ਆਹ ਸਾਰੇ ਸੋਲਟਡ ਨਟਸ ਪਹਿਲਾਂ ਹੀ ਪਾ ਦਿਓ, ਬਿਲਕੁਲ ਬਿਲਕੁਲ ਪਹਿਲਾਂ ਹੀ ਪਾ ਦਿਓ, ਅਤੇ ਚਿਰੌਂਜੀ, ਕਾਜੂ, ਬਦਾਮ, ਕਿਸ਼ਮਿਸ਼, ਪਿਸਤਾ ਵੀ ਪਾ ਸਕਦੇ ਹੋ, ਮਸਾਲਾ ਭੁੰਨ ਲੈਣਾ, ਹਾਂ ਥੋੜ੍ਹਾ ਜਿਹਾ ਬਰਾਊਨ ਕਰ ਲੈਣਾ, ਅਤੇ ਇਹਦੇ 'ਚ ਘੀਆ, ਹਾਂ ਲਓ 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 ਜੀ, ਜਦ ਤੱਕ ਆ ਘੀਆ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਂਦੇ ਹਾਂ ਘਿਓ 'ਚ, ਭਾਈ ਹਲਵੇ ਦਾ ਮਜ਼ਾ ਹੀ ਉਹੀ ਹੁੰਦਾ, ਚੰਗੀ ਤਰ੍ਹਾਂ ਭੁੰਨਿਆ ਜਾਏ ਫਿਰ ਸਵਾਦ ਆਉਂਦਾ, ਤੁਸੀਂ ਸਾਹਿਲ ਬਾਈ ਨੂੰ ਦੇਖ ਲਓ ਜੀ ਐਂਟਰਟੇਨ ਕਰ ਰਹੇ ਨੇ ਪੂਰਾ। ਲਓ ਜੀ ਫਿਰ ਹੁਣ ਆਪਾਂ ਇੱਥੇ ਐਕਟੀਵਿਟੀ ਕਰਦੇ ਹਾਂ ਫੈਮਿਲੀ ਦੇ ਨਾਲ, ਹੁਣ ਅੰਦਰ ਡਿਸ਼ ਚੱਲ ਰਹੀ ਹੈ, ਇੱਧਰ ਵੀ ਤਾਂ ਕੋਈ ਐਕਟੀਵਿਟੀ ਚੱਲਣੀ ਚਾਹੀਦੀ ਹੈ ਨਾ, ਮੈਂ ਇੱਥੇ ਜੋ ਟਾਸਕ ਕਰਵਾਉਣ ਜਾ ਰਿਹਾ ਉਸ ਦੇ ਵਿੱਚ ਸਾਡੇ ਨੇ ਇੱਕ ਇਹ ਭਾਈ ਸਾਹਿਬ ਅਤੇ ਇੱਕ ਨੇ ਇਹ ਭਾਈ ਸਾਹਿਬ, ਮਤਲਬ ਦੋਨੋਂ ਇਹ ਭਰਾ ਨੇ, ਇਹਨਾਂ ਦਾ ਮੈਂ ਇੱਥੇ ਕੰਪੀਟੀਸ਼ਨ ਕਰਵਾਉਣ ਜਾ ਰਿਹਾ। ਉਹ ਕੰਪੀਟੀਸ਼ਨ ਇਹ ਹੈ ਕਿ ਮੈਂ ਤੁਹਾਨੂੰ 1 ਮਿੰਟ ਦਾ ਟਾਈਮ ਦਊਂਗਾ ਅਤੇ ਤੁਸੀਂ ਇਹ ਆਲੂ ਦੇ ਛਿਲਕੇ ਉਤਾਰਨੇ ਨੇ। ਲਓ ਜੀ ਦੋਸਤੋ ਫਿਰ ਇੱਥੇ ਕੰਪੀਟੀਸ਼ਨ ਹੋਣ ਜਾ ਰਿਹਾ ਜੀ ਅਨਿਲ ਜੀ ਅਤੇ ਨਰਿੰਦਰ ਜੀ ਦੇ ਵਿਚਕਾਰ, ਸ਼ੁਰੂ ਕਰਦੇ ਹਾਂ ਜੀ, ਚਲੋ ਥੋੜ੍ਹਾ ਚੇਅਰ ਅਪ ਕਰੋ ਆਪਣੇ ਗੱਡਿਆਂ ਤੋਂ, ਯੇ 3 2 1 ਗੋ। ਛੋਟੇ ਛੋਟੇ ਆਲੂ ਚੱਕ ਕੇ ਵੀ ਤਾਂ ਵੀ ਨਹੀਂ ਆਲੂ ਤੁਸੀਂ ਚੀਰ ਪਾਏ, ਪਰ ਇੱਧਰ ਦੇਖੋ ਜੀ ਕਿਆ ਸਮਾਰਟਨੈਸ, ਕਿਆ ਬਾਤ ਹੈ ਜੀ, 1 2 3 4 ਤੇ 5 ਅਨਿਲ ਜੀ ਨੇ 5 ਆਲੂ ਚੀਰੇ, ਅਤੇ ਇੱਧਰ ਜੇ ਗੱਲ ਕਰੀਏ ਨਰਿੰਦਰ ਜੀ ਦੀ, ਆਹ ਛੋਟੀ ਆਲੂ ਉਸ ਤੋਂ ਵੱਡੀ ਆਲੂ, ਇਹ ਉਸ ਤੋਂ ਛੋਟੀ ਆਲੂ, ਇਹ ਉੱਨੀ ਆਲੂ, ਇਹ ਸਭ ਤੋਂ ਵੱਡੀ ਆਲੂ, ਮਤਲਬ ਹੁਣ ਮੈਂ ਇਹਨਾਂ ਨੂੰ ਕਿੰਨੇ ਗਿਣਾ,
एक दो तीन गिल्ला छोटे छोटे आलू तुसीं कर दिते हैं। ठीक है, चलो मेरे ख्याल नाल जे आपां आलूआं दा साइज़ देखिए तां इधर आलू वड्डे ने, इन्हां ने ज़्यादा चीर दिते ने, तुसीं आलू छोटे पिक किते पर फिर भी कितने कितने कमी रही। सो मेरे ख्याल नाल विरत कौन ने? किचन दे अंदर हरपाल जी ते सोनिया जी कुछ बना रहे ने, देखते हैं फिर केहो जी है डिश। चलो जी किचन दे अंदर। हुण मैडम बड़ी सिंपल है, हलवा है ते रिचनेस वास्ते थोड़ा जा खोया जिहड़ा है वो असीं पा लैने हैं। लो जी मिठा नहीं पाया क्योंकि आपां ना डाइट वाली चीजां यूज कर रहे हैं। लो जी तुसी इहदे हलवा तैयार कर लो जी। हलवा चम्मच हो गया जी रेडी। हाँ, दो चीजा है हलवा थोड़ा जा ठंडा कर लो, ज्यादा नहीं थोड़ा जा, ठीक है ना। चॉकलेट मेरे को तैयार भी है, पान का पत्ता चॉकलेट बच्चे पसंद है। हाँ वधिया चॉकलेट पान का पत्ता ये भी तैयार है, ठीक है। ये थोड़ा जा असि इन कम करते हैं, थोड़ा जा ना गैस ऑन कर लेते हैं, ठीक है जी। ये पान के पत्ते लैके मैं जो कर रहा थोड़ा जहा ध्यान ना देख लियो, ये कर रहे हैं बस, ये इस करके कर रहे हैं बस, फोल्ड करने वास्ते आसान बिल्कुल बस बस। ये हुण ले लिया जी, वधिया। मैं एक्सपर्ट तो नहीं हाँ लेकिन फिर भी पान का ना एक्सपर्ट हाँ बस बस, मैं फिर भी पान नू इस तरह रोल कर लेना है। चम्मच लो, काफी गर्म है, एक एहो जा ग्लास भी नाल रख दो, ठीक है जी। तैयार हो गया जी, बच्चों की फेवरेट चॉकलेट ही होती है। बिल्कुल चॉकलेट फेवरेट होती है, बट ये जड़ी मजेदार चीज है, चीज बनाते हैं तो बिल्कुल। चलो मैडम जी ये तो तैयार हो गया है, इसको थोड़ी देर रख के चॉकलेट को थोड़ा सा फर्म कर लेते हैं, तो इसको डीप फ्रीजर से पा दो, बस मैक्सिमम 10 सेकंड्स है, 10 टू 15 सेकंड्स। लो जी वाह जी वाह, बहुत बढ़िया। चलो जी इनू छोड़ दो, बंद कर दो जी। लो जी मैडम 10-15 सेकंड हो गए, कट लो जी, थोड़ी सी फर्म हो गई होनी चॉकलेट। हां जी हां जी हां, लो जी लो, बस बस बस, हां हां बस, बहुत ज्यादा नहीं होनी चाहिए, एदे च चॉकलेट ना छेती फर्म भी नहीं होती है, थोड़ी जी कंसोलिडेट हो जाती है वो, इस करके क्योंकि हलवा जड़ा ना अंदर वार्म ही रखना तुसी, वरना हलवा अगर ठंडा हो गया ना वो क्यों होता है स्वाद मजा नहीं आता, थोड़ा जा वार्म होना चाहिए, इस करके चॉकलेट छेती नहीं होगी, इसे करके असी रखी हुई डीप फ्रीजर से ताकि थोड़ी देर रखे थोड़ा जा फॉर्म हो जाए फिर खा सकते हैं। लो जी चॉकलेट किया पान तैयार, बिल्कुल मजेदार एकदम फर्स्ट क्लास, अंदर जरा है ना हलवा हल्का जा गर्म होना चाहिए, उपरों चॉकलेट थोड़ी जी फर्म होनी चाहिए, पूरी फर्म तो नहीं होगी क्योंकि टेम्परेचर मिसमैच है, अंदर थोड़ा जा वार्म है चॉकलेट वो गर्म ही रखेगा, थोड़ा जा फर्म होना चाहिए बस। तुसी चाहो तो चॉकलेट अलग बोल से दे दो, टिप करके लोग खा सकते हैं, बिल्कुल ऐसा करो। चॉकलेट घिया पान बनाने लिए पैन विच देसी घ्यो गरम करो ते ड्राई फ्रूट्स भुन लो, उस तो बाद उबला घिया पाके पका लो, उपरो खोया पिसी इलायची ते शुगर फ्री पाके चंगी तरह मिक्स करो। हुन पान दे पत्ते नू हल्का जिहा गैस ते सेक के
ਉਹਦੇ ਅੰਦਰ ਤਿਆਰ ਕੀਤਾ ਹੋਇਆ ਹਲਵਾ ਸਟਫ ਕਰੋ ਤੇ ਟੁੱਥਪਿਕ ਨਾਲ ਬੰਦ ਕਰ ਦਿਓ ਤੇ ਇਸ ਤੇ ਮੈਲਟਡ ਚਾਕਲੇਟ ਤੇ ਚੈਰੀ ਰੱਖ ਕੇ ਇਹਨੂੰ 10 ਤੋਂ 15 ਸੈਕਿੰਡ ਲਈ ਡੀਪ ਫ੍ਰੀਜ਼ ਕਰੋ ਤੇ ਲਓ ਜੀ ਤਿਆਰ ਹੈ ਤੁਹਾਡਾ ਮਿੱਠਾ ਚਾਕਲੇਟ ਕੀਆ ਪਾਨ। ਤੇ ਮੈਡਮ ਇਹ ਜਦੋਂ ਸਫਾਈ ਕਰਨ ਵਾਸਤੇ ਕਿਹੜਾ ਤੁਸੀਂ ਲਿਕੁਇਡ ਜੈਲ ਯੂਜ਼ ਕਰਦੇ ਹੋ ਕੁਝ ਯੂਜ਼ ਕਰਦੇ ਹੋ? ਹਾਂਜੀ ਹਾਂਜੀ ਵਿਮ ਦਾ ਨਿੰਬੂ ਸ਼ਕਤੀ ਵਾਲਾ ਜੈਲ। ਅੱਛਾ ਵਿਮ ਦਾ ਨਿੰਬੂ ਸ਼ਕਤੀ ਤੇ ਕਿੰਨੇ ਕਿ ਨਿੰਬੂਆਂ ਦੀ ਸ਼ਕਤੀ ਹੁੰਦੀ ਹੈ ਉਹਦੇ ਚ? 100 ਨਿੰਬੂਆਂ ਦੀ ਸ਼ਕਤੀ। 100 ਨਿੰਬੂਆਂ ਦੀ ਸ਼ਕਤੀ, ਚਲੋ ਇੱਕ ਕੰਮ ਕਰਦੇ ਹਾਂ ਫਿਰ ਸਾਫ਼ ਕਰ ਲੈਂਦੇ 100 ਨਿੰਬੂਆਂ ਦੀ ਸ਼ਕਤੀ ਨਾਲ। ਬਿਲਕੁਲ ਇਹ ਬਿਲਕੁਲ ਨਵਾਂ ਹੀ ਬਣ ਜਾਏਗਾ ਬਈ, ਇਹ ਸਹੀ ਹੈ ਕਿ ਗਲਤ ਹੈ ਤੇ ਮੈਂ ਤੁਹਾਨੂੰ ਦੱਸ ਦਿਆਂਗਾ। 100 ਨਿੰਬੂ ਪੈਂਦੇ ਕਿ ਨਹੀਂ ਉਹ ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ, ਬਟ ਸਫਾਈ ਤਾਂ ਸਾਨੂੰ ਦੋਵਾਂ ਨੂੰ ਕਰਨੀ ਪਏਗੀ, ਕਰ ਲੈਂਦੇ। ਚਲੋ ਜੀ ਅਸੀਂ ਕਰਦੇ ਸਫਾਈ, ਤੁਸੀਂ ਲਓ ਜੀ ਇੱਕ ਬ੍ਰੇਕ, ਨਾਲ ਦੇਖਦੇ ਰਹੋ ਆਪਣਾ ਫੇਵਰੇਟ ਪ੍ਰੋਗਰਾਮ ਪੀਡੀਸੀ ਪੰਜਾਬੀ ਪ੍ਰੈਜੈਂਟ ਪੰਜਾਬ ਦੇ ਸੁਪਰ ਸ਼ੈਫ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਜੀ ਪੰਜਾਬ ਦੇ ਬਹੁਤ ਹੀ ਵੱਖਰੇ ਮਸਾਲੇਦਾਰ ਚਟਪਟੇ ਸ਼ੋਅ ਦੇ ਵਿੱਚ। ਨਾਮ ਹੈ ਜਿਸ ਦਾ ਪੀਟੀਸੀ ਪੰਜਾਬੀ ਪ੍ਰੈਜੈਂਟਸ ਪੰਜਾਬ ਦੇ ਸੁਪਰ ਸ਼ੈਫ। ਹੁਣ ਦੋਸਤੋ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਭਲਾ ਫੋਕ ਹੱਥ ਦੇ ਵਿੱਚ ਰਹਿ ਕੇ ਕੀ ਕਰ ਰਿਹਾ? ਮੈਂ ਬੜੀ ਦੇਰ ਦਾ ਇੰਤਜ਼ਾਰ ਕਰ ਰਿਹਾ ਸੀਗਾ ਕਿ ਕਦੋਂ ਸਾਡੇ ਸ਼ੈਫ ਹਰਪਾਲ ਜੀ ਆਉਣਗੇ ਅਤੇ ਸੋਨੀਆ ਜੀ ਆਉਣਗੇ ਡਿਸ਼ਿਸ ਲੈ ਕੇ। ਡਿਸ਼ਿਸ ਬਿਲਕੁਲ ਤਿਆਰ ਨੇ ਅਤੇ ਮੈਂ ਵੀ ਤਿਆਰੀ ਕਰ ਲਿੱਤੀ ਹੈ ਇਸ ਨੂੰ ਖਾਣ ਦੀ। ਸ਼ੈਫ ਜੀ ਸਾਹਿਲ ਜੀ ਤੁਸੀਂ ਤਾਂ ਤਿਆਰ ਬੈਠੇ ਹੋ। ਬਿਲਕੁਲ ਦੇਖ ਲਓ, ਬਿਲਕੁਲ ਬਹੁਤ ਵਧੀਆ ਸਾਹਿਲ। ਅੱਜ ਦੇ ਡਿਸ਼ਿਸ ਕਾਫੀ ਕਮਾਲ ਦੇ ਨੇ। ਪਹਿਲੀ ਡਿਸ਼ ਤੇ ਐਜ ਤੋਂ ਬਾਹਰ ਜਾਂਦੇ ਜਾਂਦੇ ਰਹਿ ਗਈ, ਭੱਜ ਗਈ। ਅੱਛਾ ਜੀ, ਹਾਂ ਜੀ। ਲੇਕਿਨ ਦੂਜੀ ਡਿਸ਼ ਜਿਹੜੀ ਹੈ ਉਹ ਬਹੁਤ ਹੀ ਕਮਾਲ ਦੀ ਹੋ ਗਈ, ਜ਼ਬਰਦਸਤ ਫਲੇਵਰ ਟੇਸਟ, ਖਾਣ 'ਚ ਮਜ਼ਾ ਆ ਗਿਆ। ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਬੱਚਿਆਂ ਵਾਸਤੇ ਬਹੁਤ ਲਾਭਦਾਇਕ ਹੈ। ਅੱਛਾ ਜੀ, ਕਿਉਂਕਿ ਬੱਚੇ ਜਿਹੜੇ ਨਾ ਹੈਲਦੀ ਇਨਗਰੀਡੀਅੰਟ ਖਾਂਦੇ ਨਹੀਂ ਛੱਤੀ, ਅਤੇ ਇਹ ਜਿਹੜੀ ਘੀਆ ਹੈ ਨਾ ਸਾਰੇ ਨਹੀਂ ਖਾਂਦੇ, ਸਾਰੇ ਪਸੰਦ ਨਹੀਂ ਕਰਦੇ। ਇਹ ਮੈਡਮ ਨੇ ਕਾਫੀ ਇਨੋਵੇਸ਼ਨ ਕੀਤਾ ਇਹਦੇ 'ਚ, ਅਤੇ ਮਟਰ ਪਨੀਰ ਘੀਆ ਸਭ ਨੂੰ ਪਾ ਕੇ ਕੈਮੋਫਲੇਜ ਕਰਦਾ, ਸਵਾਦ ਮਜ਼ੇਦਾਰ। ਕਿਆ ਬਾਤ ਹੈ, ਛੋਟੀਆਂ ਛੋਟੀਆਂ ਪਰੌਂਠੀਆਂ ਮਿਲ ਜਾਣ ਨਾ ਤਾਂ ਤੂੰ ਤਾਂ ਹੁਣੇ ਸ਼ੁਰੂ ਹੋ ਜਾਏਗਾ। ਠੀਕ ਹੈ, ਆਜੋ ਖੜੇ ਹੋ ਜਾਓ ਸਾਰੇ, ਮੇਰੇ ਖਿਆਲ ਨਾਲ ਆਪਾਂ ਨੂੰ ਖੜੇ ਹੋ ਜਾਓ। ਆਜੋ ਆਜੋ ਆਜੋ, ਲਓ ਲਓ ਸਾਰੇ ਪਲੇਟਾਂ, ਖੜੇ ਹੋ ਜਾਓ, ਆਜੋ ਪਾ ਲਓ ਪਾ ਲਓ ਸਾਰੇ ਪਾ ਲਓ, ਇੱਕ ਲਾਈਵਲੀ ਜਿਹਾ ਹੋ ਜਾਏਗਾ ਕੰਮ। ਤੇ ਭਾਈ ਖਾਣਾ ਬਣਾਉਣ ਦੇ ਨਾਲ ਨਾਲ ਇੱਕ ਚੀਜ਼ ਬੜੀ ਇੰਪੋਰਟੈਂਟ ਹੁੰਦੀ, ਸਫਾਈ। ਹਾਂਜੀ ਹਾਂਜੀ, ਸਫਾਈ ਨਹੀਂ ਉਹ ਤਾਂ ਫਿਰ ਫਾਇਦਾ ਨਹੀਂ, ਫਿਰ ਲੱਗਦਾ ਅਰੇ ਕੀ ਹੋ ਗਿਆ, ਗੰਦਗੀ ਕਿਉਂ ਮੱਚੀ ਪਈ ਹੈ। ਅਤੇ ਮੈਡਮ ਨੇ ਜਿਸ ਤਰ੍ਹਾਂ ਮੈਂ ਪੁੱਛਿਆ ਸੀ ਜਦੋਂ ਕਿਚਨ ਗੰਦਾ ਹੋ ਜਾਂਦਾ ਅਤੇ ਕੀ ਯੂਜ਼ ਕਰਦੇ ਨੇ, ਮੈਡਮ ਨੇ ਦੱਸਿਆ ਬਈ ਵਿਮ ਲਿਕੁਇਡ ਜੈਲ ਯੂਜ਼ ਕਰਦੇ ਨੇ, ਕਿੰਨੀ ਸ਼ਕਤੀ ਹੁੰਦੀ ਉਹਦੇ ਚ? 100 ਨਿੰਬੂਆਂ ਦੀ ਸ਼ਕਤੀ। ਹਲੋ ਜੀ, ਸਹੀ ਜਵਾਬ। ਅੱਛਾ ਜੀ, ਬਿਲਕੁਲ ਜੀ, ਇਸੇ ਕਰਕੇ ਸਹੀ ਜਵਾਬ ਵਾਸਤੇ ਆ ਮੈਡਮ ਨੂੰ ਦੇ ਰਹੇ ਜੀ, ਵਧੀਆ ਗਿਫਟ। ਲਓ ਜੀ ਲਓ, ਬਹੁਤ ਹੀ ਵਧੀਆ, ਅਮੇਜ਼ਿੰਗ। ਇਹਦੇ ਨਾਲ ਬਿਲਕੁਲ ਕਿਚਨ ਜਿਹੜੀ ਆ ਚਕਾ ਚਕ, ਸਫਾਈ ਚਕਾ ਚਕ, ਚਿਕਨਾਟ ਗਾਇਬ, ਸਭ ਮਜ਼ੇਦਾਰ। ਲਓ ਜੀ ਮੈਡਮ, ਇਨਾਮ ਤੇ ਇਨਾਮ ਮਿਲਣਾ ਚਾਹੀਦਾ, ਗਗਨ ਆਇਲ ਵੱਲੋਂ ਵਧੀਆ ਗਿਫਟ ਵਾਊਚਰ ਤੁਹਾਡੇ ਵਾਸਤੇ ਜੀ। ਕੀ ਬਾਤ ਹੈ, ਬਿਲਕੁਲ ਵਧੀਆ ਸ਼ਾਪਿੰਗ ਕਰੋ, ਸ਼ਾਪਿੰਗ ਕਰਕੇ ਹੋਰ ਵਧੀਆ ਵਧੀਆ ਇਨਗਰੀਡੀਐਂਟਸ ਯੂਜ਼ ਕਰੋ ਖਾਣੇ 'ਚ, ਇਹਨਾਂ ਨੂੰ ਹੋਰ ਤੰਦਰੁਸਤ ਰੱਖੋ, ਇਹ ਤਾਂ ਤੰਦਰੁਸਤ ਦੀਦੇ ਹੀ ਆ, ਅਤੇ ਸਾਰਿਆਂ ਨੂੰ ਹੋਰ ਤੰਦਰੁਸਤ ਰੱਖੋ ਜੀ। ਬਿਲਕੁਲ ਵਧੀਆ, ਅਤੇ ਮਜ਼ਾ ਆ ਗਿਆ ਸਾਹਿਲ ਇੱਥੇ ਆ ਕੇ। ਬਿਲਕੁਲ ਜੀ, ਤੁਸੀਂ ਵੀ ਕਾਫੀ ਐਂਟਰਟੇਨ ਕੀਤਾ ਸਾਰਿਆਂ ਨੂੰ। ਬਿਲਕੁਲ ਜੀ, ਮੈਂ ਸ਼ੈਫ ਤੁਹਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੂੰਗਾ ਜੀ, ਇਹਨਾਂ ਦਾ ਜਾਂ ਜੋ ਮੈਂ ਐਕਟੀਵਿਟੀਜ਼ ਕੀਤੀਆਂ, ਗੱਲਾਂ ਬਾਤਾਂ ਕੀਤੀਆਂ, ਬਹੁਤ ਇੰਟਰਸਟਿੰਗ ਫੈਮਿਲੀ ਹੈ। ਜਿਵੇਂ ਜਿਵੇਂ ਅਸੀਂ ਅੱਗੇ ਵੱਧ ਰਹੇ ਹਾਂ ਉਵੇਂ ਉਵੇਂ ਸਾਨੂੰ ਫੈਮਿਲੀਜ਼ ਤੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ, ਬਹੁਤ ਜ਼ਿਆਦਾ ਮਤਲਬ ਇੰਟਰਸਟਿੰਗ ਫੈਮਿਲੀਜ਼ ਹੁੰਦੀਆਂ ਜਾ ਰਹੀਆਂ ਨੇ। ਬਿਲਕੁਲ ਜੀ, ਲਓ ਜੀ ਦੋਸਤੋ, ਇਹ ਸੀ ਜੀ ਸਾਡੀ ਬਹੁਤ ਹੀ ਪਿਆਰੀ ਜੀ ਮੁਲਾਕਾਤ ਇਸ ਫੈਮਿਲੀ ਦੇ ਨਾਲ। ਹੁਣ ਦੇਖਣਾ ਇਹ ਹੈ ਕਿ ਸੋਨੀਆ ਮਿੱਤਲ ਜੀ ਅੱਗੇ ਗ੍ਰੈਂਡ ਫਿਨਾਲੇ ਦੇ ਵਿੱਚ ਜਾਂਦੇ ਨੇ ਜਾਂ ਫਿਰ ਨਹੀਂ, ਇਹ ਡਿਸਾਈਡ ਕਰਨਗੇ ਸਾਡੇ ਵਨ ਐਂਡ ਓਨਲੀ ਸ਼ੈਫ ਹਰਪਾਲ ਜੀ। ਸੁਣ ਦਿਓ ਜੀ ਸਾਨੂੰ ਦੋਵਾਂ ਨੂੰ ਇਜਾਜ਼ਤ, ਯਾਨੀ ਕਿ ਸ਼ੈਫ ਹਰਪਾਲ ਜੀ ਨੂੰ ਅਤੇ ਸਾਹਿਲ ਵਿਡੋਲੀਆ ਨੂੰ। ਹੁਣ ਅਸੀਂ ਚੱਲਾਂਗੇ ਜੀ ਸਾਡੇ ਅਗਲੇ ਕੰਟੈਸਟੈਂਟ ਦੇ ਘਰ, ਜੋ ਕਿ ਬਿਲਕੁਲ ਤਿਆਰ ਬੈਠੇ ਨੇ ਆਪਣੀ ਦੋ ਡਿਸ਼ਿਜ਼ ਦੇ ਨਾਲ। ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੂੰਗਾ ਜੀ, ਇਹ ਹੈ ਜੀ ਪੰਜਾਬ ਦਾ ਵੱਖਰਾ ਸ਼ੋਅ, ਮਸਾਲੇਦਾਰ ਸ਼ੋਅ, ਚਟਪਟਾ ਸ਼ੋਅ, ਜਿਸ ਦੇ ਪਾਰਟਨਰਸ ਦੇ ਕੁਕਿੰਗ ਪਾਰਟਨਰ ਨੇ ਗਗਨ ਕੁਕਿੰਗ ਆਇਲ। ਜਹਾਂ ਗਗਨ ਵਹਾਂ ਜਸ਼ਨ, ਜਹਾਂ ਜਸ਼ਨ ਵਹਾਂ ਗਗਨ। ਡੈਜ਼ਰਟ ਪਾਰਟਨਰ ਨੇ ਸ਼ੂਗਰ ਫ੍ਰੀ ਨੈਚੁਰਲ, ਮੀਠਾ ਵੀ ਡਾਇਟ ਵੀ। ਹੈਲਥ ਪਾਰਟਨਰ ਨੇ ਐਕਵਾਗਾਰਡ, ਪਾਣੀ ਕਾ ਡਾਕਟਰ।
डिशवॉशिंग पाउडर ने विम लिक्विड जेल सिर्फ एक चम्मच घोलो और एक टाइम के सारे बर्तन धो लो। स्पाइस पाउडर ने महक मसाले, सुगंध और स्वाद वाले मसाले, महक मसाले। साडे स्नैक्स पाउडर ने मैकेन फूड स्माइली, टेस्ट का नया मैजिक। पर दोस्तों तुसी इसी तरह इसे नूं प्यार देंदे रहो, यानी कि इस शो नूं प्यार देंदे रहो जो कि पंजाब दा वखरा शो, मसालेदार शो, चटपटा शो। ए आ जी पीटीसी पंजाबी प्रेजेंट्स पंजाब दे सुपर शेफ। इन्नी वड्डी शेफ नाल बनाना मैं नर्वस हो रही सी, तो इस नाल नर्वसनैस नाल मेरा मसाला भी जल गया, तो मैं लग रहा कि मैं फाइनल तक नहीं पहुँचाऊँगी, आउट हो जाऊँगी। सैकेंड डिश जी मेरी पनीर घिया सी, वह काफ़ी अच्छी गई। मैं लग रहा कि जी पहली डिश तो मैं आउट होनी हाँ, आउट ना हो जावा, तो पर सैकेंड डिश मैं बहुत ध्यान नाल बनाई, जिस करके मैं लग रहा कि मैं फाइनल तक पहुँच जाऊँगी। वो बहुत अच्छी बनी तो हरपाल जी ने भी बहुत पसंद आई। मेरी ही डिशिज़ नू उन्होंने एक नई कैटेगरी बनाती जी, इस डिश उन्होंने बनाई, सेम इनग्रीडियंट्स उन्होंने यूज़ किए, तो एट अ टाइम एकदम ही उन्होंने सरप्राइज दिता कि स्वीडिश बनावांगे इसी समान के नाल ही। बहुत अच्छा लग्या, काफ़ी कुछ सीखने मिले। पीटीसी चैनल का बहुत बहुत धन्यवाद जिन्होंने सानू हाउस वाइफ्स नू अगे आने का एक मौका दिता, नवी नवी डिशिज़ जी सिर्फ घर ही बनाई जाती सी, हूँ उन्होंने पूरी दुनिया देखेगी। इस चीज़ का मैं बहुत बहुत धन्यवाद दिनी हाँ।